ਗੋਪਾਲ ਧੰ ਗੁਰਦੇਵ ਧੰ ਗੋਪਾਲ ਧੰ ਗੁਰਦੇਵ ਧੰ ਅਨਾਦ ਭੁਖੇ ਕਬਲ ਤਹਿ ਕੇ ਵ ਧੰਨ ਓਏ ਸੰਤ ਜਿਨ ਐਸੀ ਜਾਨੀ ਤੈਨ ਕਾ ਮਿਲ ਬੋ ਸਾਰ ਗੁਪਾਨੀ ਆਦਪੁਰਖ ਤੇ ਹੋਏ ਅਨਾਦ ਜਪੀਐ ਨਾਮ ਅਨਕੈ ਸਾਦ ਰਹਾਉ ਜਪੀਐ ਨਾਮ ਜਪੀਐ ਅਨ ਜਪੀਐ ਨਾਮ ਜਪੀਐ ਅੰਨ ਅਬ ਕੈ ਸੰਗ ਨੀਕਾ ਬਨ ਅੰਨ ਬਾਹਰ ਜੋ ਨਰ ਹੋਵੇ ਤੀਨ ਭਵਨ ਮੈਂ ਆਪਣੀ ਖੋਵੇ ਛੋੜੇ ਅੰਨ ਕਰੇ ਪਖੰਡ ਨਾਉ ਸੁਹਾਗਣ ਨਾਉ ਰੰਡ ਛੋਡੇਨ ਕਰੇ ਪਖੰਡ ਨਾਉ ਸੁਹਾਗਣ ਨਾਉ ਰੰਡ ਜਗ ਮੈਂ ਬਕਤੇ ਦੁਦਾ ਥਾਰੀ ਗੁਪਤੀ ਖਾਵੈ ਵਟਕਾ ਸਾਰੀ ਅਬ ਅੰਨੈ ਬਿਨਾ ਨਾ ਹੋਏ ਸੁਕਾਲ ਤਜੈ ਅੰਨ ਨਾ ਮਿਲ ਗੋਪਾਲ ਅੰਨ ਬਿਨਾਨਾ ਹੋਈ ਸੁਕਾਲੋ ਤਜੈ ਅੰਨ ਨਾ ਮਿਲੈ ਗੋਪਾਲੂ ਕਹੋ ਕਬੀਰ ਹਮ ਐਸੇ ਜਾਣਿਆ ਤਨ ਅਨਾਦ ਠਾਕੁਰ ਮਨ ਮੰਨਿਆ ਕਹੋ ਕਬੀਰ ਹਮ ਐਸੀ ਜਨਿਆ ਧੰ ਅਨਾਦ ਠਾਕੁਰ ਮਨ ਮਨਿਆ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਸ਼ੁਭਤ ਗੁਰੂ ਪਿਆਰਿਓ ਗੁਰੂ ਸਵਾਰਿਓ ਆਪ ਬੜ ਭਾਗੇ ਹੋ ਆਓ ਗੁਰਬਾਣੀ ਵਿਚਾਰ ਨਾਲ ਜੁੜੀਏ ਗੁਰ ਫਤੇ ਦੀ ਸਾਂਝ ਪਾਈਏ ਸਾਰਿਆਂ ਨੇ ਪਿਆਰ ਵਿੱਚ ਭਿੱਜ ਕੇ ਬੋਲਣਾ ਜੀ ਆਖਿਓ ਬਾਹ ਗੁਰੂ ਜੀ ਕਾ ਖਾਲਸਾ ਬਾਹ ਗੁਰੂ ਜੀ ਕੀ ਫਤ ਅੱਜ ਦਾ ਜੋ ਪਾਵਨ ਸ਼ਬਦ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਪੜਿਆ ਹੈ ਅੱਜ ਦੇ ਇਸ ਪਾਵਨ ਸ਼ਬਦ ਨੂੰ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਅੰਗ ਨੰਬਰ 873 ਦੇ ਉੱਪਰ ਸ਼ਿਸ਼ੁਭਤ ਹੈ। ਬੈਸੀ ਸ਼ਬਦ ਨੂੰ ਪੜਿਆਂ ਸੁਭਾਅ ਕੀ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਸਾਨੂੰ ਕੀ ਪਾਤਸ਼ਾਹ ਜੀ ਸੁਨੇਹਾ ਦੇ ਰਹੇ ਨੇ ਤੇ ਤੁਹਾਨੂੰ ਜੱਜਮੈਂਟ ਆ ਜਿਹੜੀ ਹੋ ਚੁੱਕੀ ਆ ਵੀ ਧੰਨ ਬਾਬਾ ਕਬੀਰ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਆ ਤੇ ਅਸੀਂ ਕਰ ਕੀ ਰਹੇ ਆ ਜੋ ਰਹਾਉ ਦਾ ਬੰਦਾ ਇਸ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬੜੀ ਵਧੀਆ ਵਿਚਾਰ ਦਿੱਤੀ ਆ ਪੂਰੇ ਸ਼ਬਦ ਦੇ ਅੰਦਰ ਹੀ ਬਹੁਤ ਪਿਆਰੀ ਵਿਚਾਰ ਦਿੱਤੀ ਆ ਜੋ ਅੱਜ ਦੇ ਸਮੇਂ ਬਹੁਤ ਵੱਡੇ ਪੱਧਰ ਤੇ ਪਖੰਡ ਤੇ ਝੋਟ ਕਰਦੀ ਆ ਕਿਉਂਕਿ ਗੁਰਬਾਣੀ ਤਾਂ ਵੈਸੇ ਸਾਰੀ ਪਖੰਡ ਤੇ ਝੋਟ ਕਰਦੀ ਆ ਨਾ ਜੇ ਮਨੋਖ ਸਮਝੇ ਤਾਂ ਤੇ ਨਹੀਂ ਆਪਾਂ ਨੂੰ ਪਤਾ ਵੀ ਲੋੜ ਦੇ ਮੁਤਾਬਕ ਸਾਨੂੰ ਗੁਰਬਾਣੀ ਆਪਣੀ ਜ਼ਿੰਦਗੀ ਚ ਸਮਝਣੀ ਪੈਂਦੀ ਆ ਅਤੇ ਵਰਤਣੀ ਪੈਂਦੀ ਆ ਛੋੜੈ ਅਨੰ ਕਰੇ ਪਖੰਡੋ ਨਾ ਉਹ ਸੁਹਾਗਣ ਨਾ ਉਰੰਡ ਇਸੇ ਪਵਨ ਸ਼ਬਦ ਅੰਦਰ ਤੋਂ ਕਹਾਈਆਂ ਨਾ ਜੋ ਕੀ ਦੇ ਨਾਲ ਸੰਬੰਧਤ ਵਿਚਾਰ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਕ ਜੋ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਕੋਹੜਾ ਕੋਹੜ ਦੀ ਬਿਮਾਰੀ ਆ ਭੁੱਖੇ ਮਰਨਾ ਜਾਂ ਜਿਆਦਾ ਖਾਣਾ ਦੋਨੇ অপਸ਼ਨਾਂ ਦੇ ਨਾਲ ਸੰਬੰਧਤ ਇਹ ਦੇਣਾ ਬਿਨਾਂ ਵਜ੍ਹਾ ਤੋਂ ਬੇਲੋੜਾ ਖਾਣਾ ਜਾਂ ਨਾ ਖਾਣਾ ਤੇ ਗੁਰਬਾਣੀ ਜਿਹੜੀ ਨਾ ਤਾਂ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਭੁੱਖੇ ਰਹਿਣ ਦੀ ਆਜਾਜ਼ਤ ਦਿੰਦੇ ਨੇ ਲੋੜ ਦੇ ਅਨੁਸਾਰ ਛਕ ਤੇ ਨਾ ਹੀ ਗੁਰੂ ਸਾਹਿਬ ਜ਼ਿਆਦਾ ਖਾਣ ਦਾ ਹੁਕਮ ਕਰਦੇ ਨੇ ਉੱਥੇ ਵੀ ਪਿੱਛੇ ਕੀ ਆਊਗਾ ਲੋੜ ਮੁਤਾਬਕ ਖਾ ਬੇ ਲੋੜਾ ਨਾ ਖਾ ਤੇ ਨਾ ਹੀ ਗੁਰੂ ਸਾਹਿਬ ਜੀ ਇਹ ਇਜਾਜ਼ਤ ਦਿੰਦੇ ਨੇ ਜੋ ਕਾਨੂੰਨ ਦੇ ਤਹਿਤ ਗਲਤ ਹੈ ਮਤਲਬ ਸਾਡੇ ਸਰੀਰ ਦੀ ਬਣਤਰ ਮੁਤਾਬਕ ਕੋਈ ਵੀ ਅਜਿਹਾ ਪਦਾਰਥ ਹੈ ਜਿਹਦੇ ਵਿੱਚ ਜ਼ਹਿਰੀਲੇ ਤੱਤ ਨੇ ਨੁਕਸਾਨ ਦੇ ਤੱਤ ਨੇ ਨਾ ਹੀ ਉਹ ਖਾਣੇ ਆ ਕਈ ਵਾਰ ਆਪਾਂ ਇਹ ਕਹਿੰਦੇ ਨੇ ਨਾ ਵੀ ਨਾਇਤਾ ਗੁਰੂ ਸਾਹਿਬ ਖਾਣ ਤੋਂ ਰੋਕਦੇ ਆ ਨਾ ਸਾਨੂੰ ਨਾ ਖਾਣ ਦਾ ਹੁਕਮ ਦਿੰਦੇ ਆ ਜਦੋਂ ਨਾ ਖਾਣ ਤੋਂ ਰੁਕਣ ਦੀ ਗੱਲ ਆਈ ਤਾਂ ਉੱਥੇ ਇੱਕ ਸਾਨੂੰ ਪੁਆਇੰਟ ਮਿਲ ਜੂ ਵੀ ਅਸੀਂ ਜੋ ਮਰਜ਼ੀ ਖਾਈਏ ਨਹੀਂ ਹਰ ਗੱਲ ਤੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਤੇ ਅੱਜ ਆਪਾਂ ਇਹ ਸ਼ਬਦ ਦੀ ਵਿਚਾਰ ਕਰਨੀ ਆ ਪਾਤਸ਼ਾਹ ਜੀ ਕੀ ਕਹਿੰਦੇ ਨੇ ਨਾਲ-ਨਾਲ ਜੋ ਪਖੰਡ ਬਾਦ ਸਾਡੇ ਸਮਾਜ ਵਿੱਚ ਫੈਲਿਆ ਹੋਇਆ ਉਹਦੇ ਨਾਲ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਰਹਾਉ ਦਾ ਜੋ ਬੰਦਾ ਪੂਰਾ ਉਹਦੇ ਵਿੱਚ ਕੀ ਜ਼ਿਕਰ ਕੀਤਾ ਧੰ ਗੋਪਾਲ ਧੰ ਗੁਰਦੇਵ ਅਖਰੀ ਅਰਥਾ ਉਹ ਮੇਰਾ ਮਾਲਕ ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲਾ ਧੰ ਹੈ ਧੰ ਨਾ ਧੰ ਗੋਪਾਲ ਜੀ ਨੇ ਸ੍ਰਿਸ਼ਟੀ ਬਣਾਈ ਆ ਧੰ ਗੁਰਦੇਵ ਉਹ ਮਾਲਕ ਪਰਮਾਤਮਾ ਜਿਹੜਾ ਸਾਰਿਆਂ ਦਾ ਗੁਰੂ ਆ ਖੁਦ ਆਪ ਪਰਮਾਤਮਾ ਸਭ ਦਾ ਗੁਰੂ ਆ ਨਾ ਉਹ ਧੰ ਹੈ ਧੰ ਗੁਰਦੇਵ ਧੰ ਅਨਾਦ ਉਹ ਪਰਮਾਤਮਾ ਖੁਦ ਹੀ ਅਨਾਦ ਹੈ ਅੱਪਾ ਰੋਜ਼ ਪੜ੍ਹਦੇ ਆ ਨਾ ਪੂਰਾ ਸ਼ਬਦ ਪੜ੍ਹ ਲਿਏ ਭੁਗਤ ਗਿਆਨ ਦਇਆ ਭੰਡਾਰਨ ਟਕਟ ਬਾਜੇ ਨਾਦ ਆਪ ਨਾਥ 나ਥੀ ਸਭਾਂ ਜਾਂ ਕੀ ਰਿਦਿਸਦ ਅਵਰਾ ਸਾਦ ਸੰਜੋਗ ਵਿੰਜੋਗ ਦੁਇਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ-ਜੁਗ ਇੱਕੋ ਵੇਸ ਏ ਵਾਹਿਗੁਰੂ ਜੀ ਉਹ ਮਾਲਕ ਪਰਮਾਤਮਾ ਬੜਾ ਅਨਾਦ ਹੈ ਉਹ ਮਾਲਕ ਪਰਮਾਤਮਾ ਉਹਦੀ ਬਦੌਲਤ ਮੈਂ ਇਸ ਧਰਤੀ ਤੇ ਆਇਆ ਭੁੱਖੇ ਕਬਲ ਟਹਿ ਕੇਵ ਉਹ ਮਾਲਕ ਪ੍ਰਮਾਤਮਾ ਦੀ ਬਦੌਲਤ ਜਦੋਂ ਮੈਂ ਧਰਤੀ ਤੇ ਆਇਆ ਨਾ ਤੇ ਉਹ ਮਾਲਕ ਪ੍ਰਮਾਤਮਾ ਐਸਾ ਜੀ ਦੀ ਕਿਰਪਾ ਸਦਕਾ ਇਹ ਸਾਨੂੰ ਸਰੀਰ ਮਿਲਿਆ ਤੇ ਨਾਹੀਂ ਤਾਂ ਸਰੀਰ ਨੂੰ ਭੁੱਖੇ ਰਹਿ ਕੇ ਤੇ ਨਾਹੀਂ ਇਹਨੂੰ ਬੇਲੋੜਾ ਖਵਾ ਕੇ ਚਲਾਇਆ ਜਾ ਸਕਦਾ ਲੋੜ ਮੁਤਾਬਕ ਜਿਵੇਂ ਕਿਸੇ ਸਾਧਨ 'ਚ ਤੇਲ ਪਵਾਈਦਾ ਤਾਂ ਐਵੇਂ ਜਿਵੇਂ ਇਸ ਸਰੀਰ ਨੂੰ ਵੀ ਖੁਰਾਕ ਰੂਪੀ ਤੇਲ ਚਾਹੀਦਾ ਲੋੜ ਬਸ ਧੰ ਓਏ ਸੰਤ ਜਿਨ ਐਸੀ ਜਾਨੀ ਓ ਸੰਤ ਜਾਨਵ ਰੱਬ ਦੇ ਪਿਆਰੇ ਧੰ ਨੇ ਜਿਨ੍ਹਾਂ ਨੇ ਮਾਲਕ ਦੀ ਇਸ ਕਿਰਿਆ ਨੂੰ ਸਮਝਿਆ ਇਸ ਕਿਰਿਆ ਨੂੰ ਸਮਝ ਲਿਆ ਧੰ ਓਏ ਸੰਤ ਜਿਨ ਐਸੀ ਜਾਨੀ ਫਿਰ ਅੱਗੇ ਕਹਿੰਦੇ ਨੇ ਤਿੰਨ ਕੋ ਮਿਲਬੋ ਸਾਰੰਗ ਪਾਨੀ ਸਾਰੰਗ ਪਾਨੀ ਉਹ ਪਰਮਾਤਮਾ ਅਕਾਲ ਪੁਰਖ ਉਹ ਖੁਦ ਹੀ ਸਾਰਿਆਂ ਦਾ ਆਪ ਦਤਾਰ ਸਾਰੰਗ ਪਾਨੀ ਹੈ ਮਤਲਬ ਉਹ ਪਰਮਾਤਮਾ ਤੁਨੁਸ਼ ਧਾਰੀ ਹੈ ਆਦ ਪੁਰਖ ਤੇ ਹੋਏ ਆਨਾਦ ਉਹ ਆਦ ਪੁਰਖ ਜਿਹੜਾ ਮੁੱਢ ਤੋਂ ਸਾਡਾ ਸਾਰਿਆਂ ਦਾ ਪ੍ਰਤਪਾਲਣ ਵਾਲਾ ਹੈ ਆਦਿ ਪੁਰਖ ਤੇ ਹੋਏ ਅਨਾਦ ਜਪੀਐ ਨਾਮ ਅਨਕੈ ਸਾਦ ਭਾਵ ਕੀ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਉਹ ਪਰਮਾਤਮਾ ਨੇ ਸਾਰੇ ਖਾਣ ਪੀਣ ਵਾਲੇ ਪਦਾਰਥ ਆਦਿਕ ਬਣਾ ਦਿੱਤੇ ਤੇ ਉਹ ਖਾਣ ਪੀਣ ਵਾਲੇ ਪਦਾਰਥ ਪਹਿਨਣ ਵਾਲੇ ਪਦਾਰਥ ਅਸੀਂ ਸ਼ੱਕ ਕੇ ਪੈਨ ਕੇ ਉਹ ਪ੍ਰਮਾਤਮਾ ਦਾ ਨਾਮ ਜਪਣਾ ਹੈ ਜਨਨ ਕਿ ਉਹਦਾ ਧੰਨਵਾਦ ਕਰਨਾ ਹੈ ਉਹਦਾ ਸ਼ੁਕਰਾਨਾ ਕਰਨਾ ਹੈ ਭਾਵੇਂ ਕੁਛ ਵੀ ਖਾਇਆ ਤੇ ਕੁਛ ਵੀ ਪੀਤਾ ਤੇ ਕੁਛ ਵੀ ਹੰਡਾਇਆ ਉਹ ਆਪਾਂ ਗੱਲ ਪਹਿਲਾਂ ਕਰ ਲਈ ਲੋੜ ਅਨੁਸਾਰ ਬੇਲੋੜਾ ਵੀ ਨਹੀਂ ਅਤੇ ਬਿਲਕੁਲ ਮੁਨਕਰ ਵੀ ਨਹੀਂ ਹੋਣਾ ਅਤੇ ਉਹ ਵੀ ਨਹੀਂ ਖਾਣਾ ਉਹ ਵੀ ਨਹੀਂ ਪਹਿਨਣਾ ਜੋ ਸਾਡੇ ਤਨ ਨੂੰ ਸਾਡੀ ਆਤਮਾ ਨੂੰ ਕਹਿ ਲੋ ਨੁਕਸਾਨ ਦੇ ਹੋਵੇ ਹਰ ਗੱਲ ਦਾ ਮਤਲਬ ਕਿ ਧਿਆਨ ਰੱਖਣਾ ਉਦਾਹਰਨ ਮਨੁੱਖ ਬਿਮਾਰ ਹੋ ਜੇ ਜਦੋਂ ਬਿਮਾਰ ਹੋ ਗਿਆ ਨਾ ਤਾਂ ਫਿਰ ਕੀ ਹੈ ਉਹਨੂੰ ਜਿਹੜੀ ਦਵਾਈ ਆ ਉਹਦਾ ਜਿਹੜਾ ਟ੍ਰੀਟਮੈਂਟ ਆ ਉਹ ਲੋੜ ਦੇ ਮੁਤਾਬਕ ਕੀਤਾ ਜਾਂਦਾ ਉਹਦੀ ਬਾਡੀ ਦੇ ਮੁਤਾਬਕ ਉਹਦੇ ਸਰੀਰ ਦੇ ਮੁਤਾਬਕ ਕੀਤਾ ਜਾਂਦਾ ਵੀ ਕਿੰਨੀ ਦਵਾਈ ਉਹ ਮਨੁੱਖ ਸਹਾਰ ਲਵੇਗਾ ਚੱਲ ਲਵੇਗਾ ਹੁਣੇ ਨਹੀਂ ਹੈ ਵੀ 10 ਦਿਨਾਂ ਦੀ ਦਵਾਈ ਡਾਕਟਰ ਇਕੱਠੀ ਖਵਾ ਦੇ ਦੇਣਾ ਛੇਤੀ ਠੀਕ ਹੋ ਜੂ ਤੇ ਫਿਰ ਆਪਾਂ ਨੂੰ ਪਤਾ ਵੀ ਹੋਣਾ ਕੀ ਆ ਉਹ ਆਪਾਂ ਨੂੰ ਪਤਾ ਨਾ ਇਹ ਵੀ ਨਹੀਂ ਹੈ ਵੀ ਉਹਨੂੰ ਦਵਾਈ ਦੇਣੀ ਕੋਈ ਨਹੀਂ ਫਿਰ ਵੀ ਗਲਤ ਆ ਤੇ ਇਹ ਵੀ ਨਹੀਂ ਹੈ ਵੀ ਉਹ ਜ਼ਿਆਦਾ ਗੈਰ ਕਾਨੂੰਨੀ ਦਵਾਈ ਖਾ ਜੇ ਪ੍ਰੋਬਲਮ ਪੇਟ ਦੀ ਆ ਤੇ ਦਵਾਈ ਸਿਰ ਦੀ ਖਾਈ ਜਾਵੇ ਤੇ ਇਹ ਵੀ ਗਲਤ ਆ ਮਤਲਬ ਹਰ ਗੱਲ ਨੂੰ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ ਵੀ ਢੰਗ ਦੇ ਨਾਲ ਜ਼ਿੰਦਗੀ ਚੋਂ ਇਥੋਂ ਸਿੱਧ ਹੁੰਦਾ ਵੀ ਗੁਰਬਾਣੀ ਕੋਈ ਜਾਦੂ ਮੰਤਰ ਨਹੀਂ ਹੈ ਗੁਰਬਾਣੀ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਿੰਦਗੀ ਜਿਉਣ ਦਾ ਬਲ ਦਿੰਦੀ ਆ ਢੰਗ ਸਿਖਾਉਂਦੀ ਆ ਜੱਪੀਐ ਨਾਮ ਅੰਕੈ ਸਾਧ ਗੁਰੂ ਪਾਤਸ਼ਾਹ ਜੀ ਕਹਿੰਦੇ ਸਦਾ ਪਰਮੇਸ਼ਰ ਨੂੰ ਯਾਦ ਰੱਖਣਾ ਚਾਹੀਦਾ ਅੰਨ ਪਦਾਰਥ ਰੱਬ ਜੀ ਨੇ ਬਣਾਏ ਹਨ ਪਾਣੀ ਨਾਲ ਖਾਦ ਪਦਾਰਥ ਸਾਡੀ ਜ਼ਿੰਦਗੀ ਦੀ ਖੁਰਾਕ ਉਹ ਚੱਲਦੀ ਆ ਸਾਰੀ ਦੀ ਸਾਰੀ ਖੁਰਾਕ ਪਾਣੀ ਤੋਂ ਪੈਦਾ ਹੁੰਦੀ ਆ ਤੇ ਪਾਣੀ ਅਲੱਗ ਮਾਤਰਾ ਜਾਂ ਤਨ ਨਾਲ ਸੰਬੰਧਿਤ ਤੇ ਪਾਣੀ ਤੋਂ ਬਣੇ ਹੋਏ ਪਦਾਰਥ ਅਸੀਂ ਛਕਦੇ ਆਂ ਜਿਹੜੇ ਮਰਜ਼ੀ ਪਦਾਰਥ ਵੱਲ ਨਿਗਾਹ ਮਾਰ ਲਗੇ ਹਰ ਪਦਾਰਥ ਚ ਪਾਣੀ ਦੀ ਮਾਤਰਾ ਹੈ ਜਪਿਐ ਨਾਮ ਅਨਕੈ ਸਾਧ ਰਹਾਉ ਤੇ ਅਗਲੀ ਤੱਕ ਉਹ ਕੀ ਹੈ ਪਾਤਸ਼ਾਹ ਦੇ ਵਿੱਚ ਜ਼ਿਕਰ ਕਰਦੇ ਨੇ ਕਹਿੰਦੇ ਜਪਿਐ ਨਾਮ ਜਪਿਐ ਅਨ ਹੁਣ ਗੁਰੂ ਸਾਹਿਬ ਜੀ ਨੇ ਇੱਥੇ ਇਹ ਲਿਖਿਆ ਕਹਿੰਦੇ ਪਰਮਾਤਮਾ ਦਾ ਨਾਮ ਜਪਣਾ ਵੀ ਜ਼ਰੂਰੀ ਹੈ ਪਰ ਸਿੱਧੇ ਤੌਰ ਤੇ ਤਾਂ ਦੇਖੋ ਅਖਰੀ ਹੱਸਤਾ ਹੀ ਬਣਗੇ ਵੀ ਪਰਮਾਤਮਾ ਦਾ ਨਾਮ ਵੀ ਜਪੋ ਤੇ ਅੰਨ ਦਾ ਜਾਪ ਵੀ ਕਰ ਅੰਨ ਦਾ ਸਿਮਰਨ ਵੀ ਕਰ ਅੰਨ ਨੂੰ ਚੇਤੇ ਵੀ ਰੱਖ ਅਖਰੀ ਹੱਸਤਾ ਹੀ ਬਣਗੇ ਨਾ ਹੁਣ ਕੋਈ ਵੀ ਨਹੀਂ ਕਹਿੰਦਾ ਧੰਨ ਰੋਟੀ ਧੰਨ ਦੁੱਧ ਧੰਨ ਚਾਹ ਇਦਾਂ ਦਾ ਪਾਠ ਇਦਾਂ ਦਾ ਰਟਨ ਕੋਈ ਵੀ ਨਹੀਂ ਕਰਦਾ ਪਰ ਜੇ ਵਿਖਿਆ ਜਾਵੇ ਤਾਂ ਉਹਦੇ ਥਰੂ ਦੁੱਧ ਪਾਣੀ ਰੋਟੀ ਦੇ ਥਰੂ ਅਸੀਂ ਪਰਮਾਤਮਾ ਨੂੰ ਯਾਦ ਕਰਨਾ ਅਸੀਂ ਰੱਬ ਜੀ ਨੂੰ ਪਰਮਾਤਮਾ ਨੂੰ ਯਾਦ ਕਰਨਾ ਉਹਦੇ ਥਰੂ ਯਾਦ ਕੀਤਾ ਹੋਇਆ ਤਾਂ ਇਥੇ ਢੁੱਕ ਜਾਵੇਗਾ ਜਪੀਐ ਨਾਮ ਜਪੀਐ ਅੰਨ ਇਥੇ ਉਹ ਗੱਲ ਆ ਕੇ ਢੁੱਕ ਜਾਵੇਗੀ ਲਾਗੂ ਹੋ ਜਾਵੇਗੀ ਵਾਕਈ ਸਹੀ ਆ ਤੇ ਤੈਨੂੰ ਆਪਾਂ ਨੂੰ ਗੁਰੂ ਦੀ ਮਤ ਇਹੀ ਕਹਿੰਦੀ ਆ ਨਾ ਵੀ ਭੋਜਨ ਸ਼ਕਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਜ਼ਰੂਰ ਕਰੀ ਤੇਰੇ ਵਰਗੇ ਹੋਰ ਕਿੰਨੇ ਨੇ ਜਿਨ੍ਹਾਂ ਦੀ ਥਾਲੀ 'ਚ ਭੋਜਨ ਪਿਆ ਪਰ ਉਹ ਛਕ ਨਹੀਂ ਸਕਦੇ ਉਹਨਾਂ ਨੂੰ ਇਆਜ਼ਤ ਨਹੀਂ ਹੈ ਹੁਕਮ ਨਹੀਂ ਹੈ ਤੇਰੇ ਵਰਗੇ ਕਿੰਨੇ ਨੇ ਜਿਨ੍ਹਾਂ ਨੂੰ ਭੋਜਨ ਮਿਲਦਾ ਨਹੀਂ ਹੈ ਦੇਰੇ ਵਰਗੇ ਕਿੰਨੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਚੰਗੇ ਭੋਜਨ ਦੇ ਦਰਸ਼ਨ ਵੀ ਨਹੀਂ ਕੀਤੇਗੇ ਬਸ ਇਸੇ ਕਰਕੇ ਉਹ ਰੱਬ ਦਾ ਸ਼ੁਕਰਾਨਾ ਨਾ ਕਰਨਾ ਜਾਨੀ ਕਿ ਸਹੀ ਗੱਲ ਆ ਬਣਗੀ ਜੇ ਮੰਨਿਆ ਜਾਵੇ ਤਾਂ ਜਪਿਐ ਨਾਮ ਉਹ ਆਪਾਂ ਨੂੰ ਪਤਾ ਹੀ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਨੂੰ ਯਾਦ ਕਰਨਾ ਸਾਡੇ ਲਈ ਜ਼ਰੂਰੀ ਹੈ ਜਪਿਐ ਨਾਮ ਜਪਿਐ ਅਨ ਅਬੈ ਕੈ ਸੰਗ ਨੀਕਾ 1 ਅੱਬਾ ਪਾਣੀ ਕੈ ਸੰਗ ਨੀਕਾ ਨਿਕਾ ਤੋਂ ਭਾਵ ਸੁੰਦਰ ਵਨ ਬੜੇ ਸੋਹਣੇ ਸੋਹਣੇ ਪਦਾਰਥ ਬਣ ਗਏ ਪਾਣੀ ਦੇ ਨਾਲ ਤਿਆਰ ਹੋ ਗਏ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਅੰ내 ਬਾਹਰ ਜੋ ਨਰ ਹੋਵੇ ਅੰਨ ਤੋਂ ਬਾਹਰ ਜੋ ਨਰ ਨਰ ਤੋਂ ਭਾਵ ਭਾਵੇਂ ਉਹ ਭੈਣਾ ਤੇ ਭਾਵੇਂ ਉਹ ਭਰਾ ਨਰ ਤੋਂ ਭਾਵ ਕੋਈ ਵੀ ਆ ਚਾਹੇ ਉਹ ਵੀਰ ਤੇ ਚਾਹੇ ਕੋਈ ਪੈਣ ਦੋਵਾਂ ਲਈ ਸ਼ਬਦ ਸਾਂਝਾ ਪਾਤਸ਼ਾਹ ਕਹਿੰਦੇ ਨੇ ਅੰ내 ਬਾਹਰ ਜੋ ਨਰ ਹੋਵੇ ਤੀਨ ਭਵਨ ਮੈਂ ਆਪਣੀ ਖੋਵੇ ਕਹਿੰਦੇ ਜਿਹੜਾ ਕੋਈ ਭੈਣ ਭਰਾ ਅੰਨ ਤੋਂ ਬਾਹਰ ਦੀਆਂ ਗੱਲਾਂ ਕਰਦਾ ਵੀ ਮੈਂ ਨਹੀਂ शकਦਾ ਜਾਂਚ ਦੇ ਸਮੇਂ ਮੁਤਾਬਕ ਆਪਾਂ ਕਹਿ ਲਈਏ ਵੀ ਮੇਰਾ ਤਾਂ ਜੀ ਵਰਤ ਰੱਖਿਆ ਹੋਇਆਗਾ ਉਹ ਜੁੜੀਆਂ ਵੀ ਆ ਨਾ ਗੱਲਾਂ ਸਾਡੇ ਸਮਾਜ ਦੇ ਵਿੱਚ ਬੜਾ ਵੱਡਾ ਪਖੰਡ ਆ ਜਿਹੜਾ ਇਦਾਂ ਦੀ ਕੋਈ ਵਿਚਾਰ ਕਰੇ ਫਿਰ ਪਾਤਸ਼ਾਹ ਜੀ ਕਹਿੰਦੇ ਅੰਨੈ ਬਾਹਰ ਜਿਹੜਾ ਕੋਈ ਅੰਨ ਨੂੰ ਤਿਆਕ ਕੇ ਭਾਵ ਇਸ ਤਰ੍ਹਾਂ ਦਾ ਪਖੰਡ ਕਰੇ ਇਸ ਤਰ੍ਹਾਂ ਦਾ ਪਖੰਡ ਕਰੇ ਅੰਨ ਤੋਂ ਮੁਕਤ ਹੋਣ ਦੀ ਗੱਲ ਕਰੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਤੀਨ ਭਾਵਨ ਮੈਂ ਜਿਵੇਂ ਆਪਾਂ ਆ ਵੀ ਕਹਿੰਦੇ ਨੇ ਨਾ ਵੀ ਤੈਨੂੰ ਕਿਤੇ ਢੋਈ ਨਾ ਮਿਲੇ ਆਪਾਮੀ ਕਹਦਣਾ ਢੋਈ ਮਤਲਬ ਸਹਾਰਾ ਵੀ ਤੈਨੂੰ ਕਿਤੇ ਕੋਈ ਸਹਾਰਾ ਨਾ ਲਲੇ ਕਹਿੰਦੇ ਅਜਿਹੇ ਲੋਕ ਰੱਬ ਦਾ ਕਾਨੂੰਨ ਨਿਜਮ ਤੋੜਨ ਵਾਲੇ ਲੋਕ ਹਮੇਸ਼ਾ ਭਟਕਦੇ ਨੇ ਉਹਨਾਂ ਨੂੰ ਕਿਤੇ ਢੋਈ ਨਹੀਂ ਮਿਲਦੀਗੀ ਉਹਨਾਂ ਨੂੰ ਕਿਤੇ ਟਿਕਾ ਨਹੀਂ ਮਿਲਦਾ ਉਹਨਾਂ ਦੀ ਜ਼ਿੰਦਗੀ ਚ ਕਦੇ ਕਿਸੇ ਤਰ੍ਹਾਂ ਦੀ ਖੁਸ਼ਹਾਲਪਣਾ ਨਹੀਂ ਆਉਂਦਾਗਾ ਉਹ ਤਰਸਦੇ ਨੇ ਭਟਕਦੇ ਨੇ ਉਹ ਨਿਰੇ ਝੂਠੇ ਹਨ ਉਹਨਾਂ ਨੂੰ ਕਿਤੇ ਇੱਜ਼ਤ ਨਹੀਂ ਮਿਲਦੀ ਸਗੋਂ ਉਲਟਾ ਆਪਣੀ ਇੱਜ਼ਤ ਗਵਾ ਲੈਂਦੇ ਨੇ ਤੇ ਜਿੱਥੇ ਆਪਾਂ ਪਹੁੰਚਣਾ ਸੀ ਉਸ ਤੱਕ ਤੇ ਆਪਾਂ ਸੌਖੇ ਢੰਗ ਦੇ ਨਾਲ ਸਮਝਣ ਵਾਲੀ ਤੋਕਾ ਉਤੇ ਪਹੁੰਚ ਗਏ ਜਿਹਦੇ ਸੰਬੰਧ ਚ ਪਾਤਸ਼ਾਹ ਨੇ ਲਿਖਿਆ ਕਹਿੰਦੇ ਛੋਡੇ ਅੰਨ ਅੰਨ ਨੂੰ ਛੱਡ ਕੇ ਚਾਹੇ ਕੋ ਮਨੋਖਾ ਚਾਹੇ ਕੋ ਭੈਣਾ ਗੱਲ ਸਾਂਝੀ ਆ ਪਰ ਢੁਕੂਗੀ ਕੱਲੀ ਭੈਣ ਤੇ ਕਿਉਂ ਕਿਉਂਕਿ ਭੈਣ ਇਸ ਦਲਦਲ ਦੇ ਵਿੱਚ ਫਸੀ ਹੋਈ ਆ ਸੋਡੇ ਅਨ ਕਰੇ ਪਖੰਡ ਨਾ ਉਹ ਸੁਹਾਗਣਾ ਨਾ ਉਹ ਰੰਡਾ ਕਿੰਨੀ ਸਰਲ ਭਾਸ਼ਾ ਦੇ ਵਿੱਚ ਸਾਨੂੰ ਭਗਤ ਕਬੀਰ ਸਾਹਿਬ ਜੀ ਨੇ ਦੱਸ ਦਿੱਤਾ ਕਹਿੰਦੇ ਅੰਨ ਨੂੰ ਛੱਡ ਕੇ ਬਈ ਇਹਦਾ ਸਾਰੀ ਗੱਲ ਇਹ ਚੱਲ ਰਹੀ ਆ ਨਾ ਵੀ ਨਾ ਰੱਬ ਦਾ ਸ਼ੁਕਰ ਕਰਨਾ ਧੰਨਵਾਦ ਕਰਨਾ ਉਹ ਮਾਲਕ ਨੇ ਸਭ ਕੁਝ ਬਣਾਇਆ ਉਹਦੇ ਨਾਲ ਮਿਲ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਜਿਉਣਾ ਛੋੜੇ ਅੰਨ ਫਿਰ ਕਹਿੰਦੇ ਨੇ ਕਰੇ ਪਖੰਡ ਇਹ ਕੀ ਆ ਭਾਈ ਨਿਹਰਾ ਪਖੰਡ ਹੈ ਪਖੰਡ ਝੂਠ ਜਿਹਦੇ ਵਿੱਚ ਦਮ ਕੋਈ ਨਹੀਂ ਤੇ ਜੇ ਹੁਣ ਆਪਾਂ ਨਿਗਾਹ ਮਾਰ ਕੇ ਵੇਖੀਏ ਇਸ ਝੂਠ ਦੀ ਦਲਦਲ ਵਿੱਚ ਇਸ ਝੂਠ ਦੀ ਦਲਦਲ ਵਿੱਚ ਸਾਡਾ ਸਮਾਜ ਬਹੁਤ ਵੱਡੇ ਪੱਧਰ ਤੇ ਖੁੱਬ ਚੁੱਕਿਆ ਇਹਦੇ ਵਿੱਚ ਫਸ ਚੁੱਕਿਆਗਾ ਮਤਲਬ ਇਉਂ ਵੀ ਕਹਿ ਲਗੇ ਨਾ ਆਪਾਂ ਵੀ ਜਿਹੜੇ ਕੋਈ ਦੁਨੀਆ ਦੇ ਵਿੱਚ ਰਹਿਣ ਵਾਲੇ ਨਾ ਦਾਨੇਪੁਰਖ ਨੇ ਜਿਨ੍ਹਾਂ ਨੂੰ ਆਪਾਂ ਆਪਣੀ ਭਾਸ਼ਾ 'ਚ ਸਿਆਣੇ ਕਹਿ ਦਈਏ ਬਸ ਵਿਰਲਿਆਂ ਨੂੰ ਛੱਡ ਕੇ ਇਸ ਦਲਦਲ ਵਿੱਚੋਂ ਉਹ ਵੀ ਨਹੀਂ ਨਿਕਲ ਸਕੇ ਕਰਵਾ ਚੌਥ ਵਾਲੀ ਦਲਦਲ ਵਿੱਚੋਂ ਬਰਤ ਰੱਖਣ ਵਾਲੀ ਦਲਦਲ ਵਿੱਚੋਂ ਮਨਮਤ ਦੀ ਇਸ ਖੂਹੀ ਦੇ ਵਿੱਚੋਂ ਕੋਈ ਵੀ ਨਹੀਂ ਨਿਕਲ ਸਕਿਆ ਤੇ ਇਸ ਦਿਨਾਂ ਦੇ ਨਾਲ ਸਬੰਧਤ ਵੱਡੇ ਪੱਧਰ ਤੇ ਵਪਾਰ ਹੁੰਦਾ ਦੇਖੋ ਇਹਦੇ ਨਾਲ ਬਹੁਤ ਕੁਝ ਜੁੜ ਗਿਆ ਇਕੱਲਾ ਹੀ ਨਹੀਂ ਵੀ ਅੰਨ ਛੜਤਾ ਵਰਤ ਰੱਖ ਲਿਆ ਇਹਦੇ ਨਾਲ ਬੜਾ ਕੁਝ ਜੁੜ ਗਿਆ ਦੁਕਾਨਦਾਰਾਂ ਨੂੰ ਫਾਇਦਾ ਫਲ ਫਰੂਟਾਂ ਵਾਲਿਆਂ ਨੂੰ ਫਾਇਦਾ ਕੱਪੜੇ ਲੀਡੇ ਵਾਲਿਆਂ ਨੂੰ ਫਾਇਦਾ ਕਿੱਡਾ ਵੱਡਾ ਇਹਦੇ ਨਾਲ ਬਿਜ਼ਨਸ ਜੁੜ ਗਿਆ ਕਿੱਡਾ ਵੱਡਾ ਬਿਜ਼ਨਸ ਬਣ ਗਿਆ ਇਹ ਇੱਕ ਜੀਵੀ ਗੁਰੂ ਸਾਹਿਬ ਪਖੰਡ ਦੀ ਰੀਤ ਨੂੰ ਚੈਲੰਜ ਕਰਦੇ ਨੇ ਕਹਿੰਦੇ ਬੰਦਿਆ ਤੇਰਾ ਨਿੱਕਾ ਜਿਹਾ ਪਖੰਡ ਅਸੀਗਾ ਤੇ ਤੂੰ ਨਿੱਕੇ ਜਿਹੇ ਪਖੰਡ ਨੂੰ ਨਾ ਕਿੱਡਾ ਵੱਡਾ ਰੂਪ ਦੇਤਾ ਨਿਗਾ ਮਾਰ ਕੇ ਵੇਖਾ ਤੂੰ ਨਾ ਬਹੁਤੀ ਮੋਟੀ ਮੋਟੀ ਜਿਹੀ ਨਿਗਾ ਮਾਰ ਲਓ ਸਾਰੇ ਕਬੀਲਦਾਰਾਂ ਦੇਣ ਲੈਣ ਦਾ ਫਿਕਰ ਹੁੰਦਾ ਵੀ ਕਰਵਾ ਚੌਥਾ ਆ ਗਿਆ ਵਰਤ ਆ ਗਿਆ ਹੁਣ ਸਾਨੂੰ ਦੇਣਾ ਲੈਣਾ ਪੂ ਚੱਲਦਾ ਵੀ ਆ ਭਾਈ ਇਹੋ ਜੀ ਗੱਲ ਨਹੀਂ ਵੀ ਨਹੀਂ ਚੱਲਦਾ ਸਾਰਾ ਕੁਝ ਚੱਲਦਾ ਬਹੁਤੇ ਨਾ ਇਸ ਤਰ੍ਹਾਂ ਦੀ ਵੀ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਨਾ ਜੀ ਸਾਡੇ ਕਹਿੰਦੇ ਨਾ ਹੂੰ ਤਾਂ ਵਰਤਪੁਰਤ ਜਾ ਰੱਖਦੇ ਨਹੀਂ ਕਿਉਂ ਅਸੀਂ ਨਾ ਮਰਤਾ ਰਹੀਆਂ ਨਾ ਕਹਿੰਦੇ ਫਿਰ ਉਹ ਕਹਿੰਦੇ ਧੀ ਵਾਲਾ ਪਰਿਵਾਰ ਲੀੜੇ ਕੱਪੜੇ ਲੈ ਕੇ ਆਉ ਨਾ ਫਿਰ ਉਹਨਾਂ ਨੂੰ ਦੇਣ ਲੈਣ ਤਾਂ ਕਰਨੀ ਪੈਂਦਾ ਨਾ ਉਹ じゃ ਫਿਰ ਰਪੀਰ ਪੂਏ ਵੀ ਚੱਲਦੇ ਨੇ ਹੋਰ ਵੀ ਬਹੁਤ ਕੁਝ ਚੱਲਦਾ ਹੈ ਗਾ ਇਸ ਦਿਨ ਤੇ ਇੰਨਾ ਕੁ ਤਾਂ ਕਹਿੰਦੇ ਲੈਣੀ ਪੂ ਇਥੋਂ ਸਿੱਧ ਕੀ ਹੋ ਗਿਆ ਵੀ ਬਾਹਰੋਂ-ਬਾਹਰੋਂ ਤਾਂ ਅਸੀਂ ਬਣ ਗਏ ਇਸ ਦਿਨ ਤੋਂ ਬਚੇ ਹੋਏ ਗਿਆਨੀ ਤੇ ਪਰ ਅੰਦਰੇ ਅੰਦਰ ਸਭ ਕੁਝ ਚੱਲਦਾ ਪੜਦਾ ਪਾਣਿਆ ਪੜ ਦੇ ਅੰਦਰ ਸਭ ਕੁਝ ਚੱਲਦਾ ਕਹਿੰਦੇ ਨਹੀਂ ਜੀ ਦੇਣ ਲੈਣ ਕਰਨੇ ਪੈਣਾ ਫਿਰ ਫਲ ਫਰੂਟ ਵੀ ਆਉਣਗੇ ਕੱਪੜਾ ਵੀ ਆਊਗਾ ਹੋ ਸਕਦਾ ਸੋਨੇ ਦੇ ਗਹਿਣੇ ਵੀ ਆ ਜਾਣ ਵੱਡੇ ਪੱਧਰ ਤੇ ਕੰਮ ਹੋ ਗਿਆ ਨਾ ਫਿਰ ਗੁਰੂ ਸਾਹਿਬ ਨੇ ਸਾਰੀ ਦੀ ਸਾਰੀ ਕਿਰਿਆ ਨੂੰ ਕੀ ਕਿਹਾਗਾ ਪਖੰਡ ਕਿਹਾਗਾ ਛੋਡੇ ਅੰਨ ਕਰੇ ਪਖੰਡ ਮਾਫ ਕਰਨਾ ਜਿਹੜਾ ਲਾਂਭਾ ਕਬੀਰ ਸਾਹਿਬ ਨੇ ਦਿੱਤਾ ਨਾ ਬੜੇ ਸਖਤ ਲਾਂਭਾ ਦਿੱਤਾਗਾ ਵੈਗੁਰੂ ਭਲਾ ਕਰੇ ਅਸੀਂ ਇਸ ਮਾੜੇ ਮਤਲਬ ਕੇ ਪਖ ਤੋਂ ਨਾ ਘਟੀਆ ਸੋਚ ਤੋਂ ਇਹ ਕਰਵਾ ਚੌਥ ਵਾਲੀ ਅਗਿਆਨਤਾ ਦੇ ਜੰਜਾਲ ਚੋਂ ਪਾਸੇ ਹੋਈਏ ਫਿਰ ਆਪਾਂ ਸਮਝਣਾ ਕੀ ਆ ਸੋਚਣਾ ਕੀ ਆ ਗੁਰੂ ਸਾਹਿਬ ਨੇ ਦੇਖੋ ਇੱਕ ਤਾਂ ਪਿਆਰਿਓ ਗੱਲ ਹੁੰਦੀ ਆ ਕਿਸੇ ਬੰਦੇ ਦੀ ਜਦੋਂ ਕੋਈ ਬੰਦਾ ਗੱਲ ਕਰਦਾ ਨਾ ਉਦੋਂ ਸਾਨੂੰ ਰੋਸ ਹੁੰਦਾ ਕੁਦਰਤੀ ਗੱਲ ਆ ਵੀ ਐ ਕਿਉਂ ਕਹਤਾ ਐ ਨਹੀਂ ਸੀ ਕਹਿਣਾ ਐਂ ਕਹਿਣਾ ਸੀ ਐ ਨਹੀਂ ਸੀ ਗੱਲ ਕਰਨੀ ਚਲੋ ਇਹ ਗੱਲਾਂ ਆਪਾਂ ਸਾਰੀਆਂ ਰੋਜ਼ ਕਰਦੀਆਂ ਤੇ ਪਰ ਇੱਕ ਗੱਲ ਨਾ ਆਪਣੇ ਦਿਲ ਨੂੰ ਪੁੱਛ ਕੇ ਦੇਖੋ ਤੁਸੀਂ ਸਾਰੇ ਵੀ ਜਿੱਥੇ ਆਪਾਂ ਬੈਠੇ ਆ ਚਲੋ ਤੁਸੀਂ ਤਾਂ ਬਹੁਤ ਸੋਝਬਾਨੋਂ ਸਿਆਣਿਆਂ ਤੁਹਾਡੇ ਤੇ ਬੜੀ ਬਖਸ਼ਿਸ਼ ਆ ਗੁਰੂ ਦੀ ਕਿਰਪਾ ਆਪਾ ਆਪਣੇ ਅੰਦਰ ਹੀ ਸੋਚ ਕੇ ਦੇਖੋ ਵੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਸੱਚੀ ਜੀ ਗੱਲ ਕਰਨ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਸੁਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਲਾਂਭਾ ਦੇ ਸਕਦੇ ਆ ਸੋਚ ਕੇ ਦੇਖੋ ਨੰਬਰ 1 ਤੇ ਅਸੀਂ ਲਾਂਭਾ ਦੇ ਨਹੀਂ ਸਕਦੇ ਨੰਬਰ 2 ਤੇ ਜੇ ਲਾਂਭਾ ਦੇਵਾਂਗੇ ਤਾਂ ਗੁਰੂ ਨੂੰ ਫਰਕ ਵੀ ਕੋਈ ਨਹੀਂ ਪੈਂਦਾ ਇਹ ਵੀ ਗੱਲ ਨਾਲ ਆ ਹਨਾ ਜੇ ਆਪਾਂ ਮੂੰਹ ਮੋਟਾ ਕਰਕੇ ਲਾਂਬਾ ਦੇਵਾਂਗੇ ਨਾ ਫਰਕ ਵੀ ਨਹੀਂ ਪੈਂਦਾ ਗੁਰੂ ਸਾਹਿਬ ਨੂੰ ਪਹਿਲੀ ਗੱਲ ਲਾਂਬਾ ਦੇ ਨਹੀਂ ਸਕਦੇ ਦੂਜੀ ਗੱਲ ਜੇ ਉਲਾਂਬਾ ਦੇਵਾਂਗੇ ਤੇ ਬਾਬੇ ਨਾਨਕ ਨੂੰ ਫਰਕ ਵੀ ਕੋਈ ਨਹੀਂ ਪੈਂਦਾ ਬਾਬੇ ਨਾਨਕ ਨੂੰ ਉਲਾਂਬੇ ਤਾਂ 9 ਸਾਲ ਦੀ ਉਮਰ 'ਚ ਹੀ ਲੱਗੇ ਸੀ ਮਿਲਣ ਕਹਿੰਦਾ ਫਰਕ ਕੋਈ ਨਹੀਂ ਪੈਣਾ ਉਲਾਂਬਾ ਮਾੜੇ ਕੰਮ ਦਾ ਨਾ ਹੋਵੇ ਚੰਗੇ ਕੰਮ ਦੇ ਉਲਾਂਬੇ ਬਾਬਾ ਨਾਨਕ ਕਹਿੰਦਾ ਮੈਂ ਝੱਲ ਲੂੰ ਕੋਈ ਟੈਨਸ਼ਨ ਨਹੀਂ ਪੰਡਤ ਹਰਦੀਾਲ ਦਾਸ ਨੇ ਮਹਿਤਾ ਕਾਲੂ ਨੂੰ ਕਿੱਡਾ ਵੱਡਾ ਲਾਂਭਾ ਦਿੱਤਾ ਲੈ 9 ਸਾਲ ਦਾ ਜਵਾਬ ਆ ਕੱਲ ਦੀ ਭੂਤਨੀ ਸੇਵਾਂ ਚ ਅੱਧਾ ਵੱਡਾ ਸਿਆਣਾ ਬਣਿਆ ਫਿਰਦਾ ਇਹਨੂੰ ਮਾੜਾ ਮੋਟਾ ਸਮਝਾ ਆ ਲਾ ਕੋਲ ਕੋਲ ਦੇ ਲੈ ਇਹਨੂੰ ਅਕਲ ਹੈ ਨਹੀਂ ਕੀ ਹੁਣ ਉਸ ਟਾਈਮ ਤੇ ਆਪਾਂ ਮਹਿਤਾ ਕਾਲੂ ਦੇ ਅੰਦਰ ਕੀ ਚੱਲਦਾ ਹੋ ਇਸ ਗੱਲ ਨੂੰ ਧਿਆਨ ਚ ਦੇਖੋ ਲਿਆ ਕੇ ਅੱਛਾ ਦੂਜੇ ਪਾਸੇ 9 ਕੁ ਸਾਲ 7 ਕੁ ਸਾਲ ਦੀ ਉਮਰ ਦਾ ਇੱਕ ਹੋਰ ਨਿਆਣਾਗਾ ਦੂਜੇ ਪਾਸੇ ਹੋਰ ਵੀ ਲੈਣਾ ਨਾ ਲਾਂਬੇ ਹੋ ਵੀ ਬਹੁਤ ਲੈਂਦਾਗਾ ਲਾਂਬੇ ਚਲੋ ਆਪਾਂ ਇੱਕ ਦੋ ਲਾਂਬੇ ਵਿੱਚੋਂ ਵਿੱਚੋਂ ਵੇਖਣਾ ਵੈਸੇ ਲਾਂਬੇ ਬਹੁਤ ਨੇਗੇ ਸੱਚ ਦੇ ਸੰਬੰਧ ਵਿੱਚ ਰਾਜਾ ਨੰਗਦਾ ਤੇ ਰਾਜੇ ਨੂੰ ਚਿੜਾ ਪੜਾਉਂਦਾ ਮਤਲਬ ਆਪਾਂ ਆਪਣੀ ਮਲਵਈ ਭਾਸ਼ਾ 'ਚ ਗੱਲ ਕੀਤੀ ਚਿੜਾ ਪੜ੍ਹਾਉਣੀਆਂ ਜਾਨੀ ਕਿ ਰਾਜੇ ਨੂੰ ਮਸ਼ਕਰੀਆਂ ਕਰਨੀਆਂ ਰਾਜੇ ਨੂੰ ਸਲਾਮ ਨਹੀਂ ਮਸ਼ਕਰੀਆਂ ਚਿਹੜਾਂ ਉਲੰਬਾ ਮਾਤਾ ਗੁਜਰੀ ਕੋਲ ਜਾਂਦਾ ਜਾਂਦਾ ਨਾ ਮਾਤਾ ਗੁਜਰੀ ਨਵੇਂ ਪਾਸ਼ਾ ਨੂੰ ਦੱਸਿਆ ਕਹਿੰਦੀ ਤੇਰਾ ਪੁੱਤ ਲੰਬੇ ਬਹੁਤ ਲੈਂਦਾ ਕਹਿੰਦਾ ਕੋਈ ਗੱਲ ਨਹੀਂ ਸਾਰੇ ਸਵੀਕਾਰ ਕਰ ਲਉ ਨਵੇਂ ਪਾਸ਼ਾ ਕਹਿੰਦੇ ਨੇ ਲੰਬਾ ਰਾਜੇ ਵੱਲੋਂ ਗਿਆ ਮਤਲਬ ਉਸ ਟਾਈਮ ਤੇ ਪਟਨੇ ਦੇ ਮੋਤਵਾਰ ਵੱਲੋਂ ਮੋਤਵਾਰ ਬੰਦੇ ਵੱਲੋਂ ਲੰਬਾ ਕਰੇ ਗਿਆ ਪਰ ਗੁਰੂ ਸਾਹਿਬ ਦੇ ਪਰਿਵਾਰ ਨੂੰ ਫਰਕ ਕੋਈ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਇਕੱਲੇ ਗੁਰੂ ਸਾਹਿਬ ਨੇ ਨਹੀਂ ਨਾਲ ਧੰਨ ਗੁਰੂ ਗੋਬਿੰਦ ਰਾਏ ਦੇ ਹੋਰ ਵੀ ਕਿੰਨੇ ਬੱਚੇ ਨੇ ਜਿਹੜੇ ਭਾਬ ਰਾਜੇ ਦੀਆਂ ਚਿੱਬੀਆਂ ਪੜ੍ਹਾਉਂਦੇ ਆ ਸੋਚ ਕੇ ਦੇਖੋ ਅੱਜ ਸਾਨੂੰ ਰਾਜੇ ਬਣਾ ਸਰਦਾ ਹੀ ਨਹੀਂ ਹਨਾ ਨਾ ਰਾਜਿਆਂ ਦੇ ਮੰਤਰੀਂ ਆਪਣਾ ਸਰਦਾ ਨਾ ਸੰਤਰੀਂ ਆਪਣਾ ਸਰਦਾ ਸੱਚੀਆਂ ਗੱਲਾਂ ਹਨਾ ਕਹਿਣਾ ਕੀ ਪੈਂਦਾ ਕਹਿੰਦੇ ਕੀ ਪਤਾ ਕਦੋਂ ਲੋੜ ਪੈ ਜੇ ਜਿਹੜਾ ਭੁੱਕੀ ਵੇਚਦਾ ਨਾ ਚਿੱਟਾ ਵੇਚਦਾਗਾ ਸ਼ਰਾਬ ਵੇਚਦਾਗਾ ਕਤਲ ਕਤਲ ਕਰਨ ਵਾਲਾ ਬੰਦਾ ਉਹ ਤਾਂ ਕਹਿ ਸਕਦਾ ਵੀ ਕੀ ਪਤਾ ਕਦੋਂ ਲੋੜ ਪੈ ਜੇ ਜਦੋਂ ਮਾੜੇ ਕੰਮ ਹੀ ਨਹੀਂ ਕਰਨੇ ਫਿਰ ਭਾਈ ਲੋੜ ਕਿਆ ਪੈਣੀ ਆ ਸੋਚ ਕੇ ਦੇਖੋ ਤੇ ਗੁਰੂ ਤੇ ਆਸ ਰੱਖੋ ਗੁਰੂ ਲੋੜ ਪਵਾਉਂਦੇ ਨਹੀਂਗਾ ਗੁਰੂ ਲੋੜ ਨਹੀਂ ਪੈਣ ਦਿੰਦਾ ਉਹਨਾਂ ਦਾ ਕਰ ਗਾਰੰਟੀ ਆ ਲਿਖ ਲੋ ਭਾਵੇਂ ਠੀਕ ਹੈ ਨਾ ਚਲੋ ਸਾਨੂੰ ਤਾਂ ਮੰਤਰੀਆਂ ਸੰਤਰੀਆਂ ਵੇਣਾ ਸਰਦਾ ਨਹੀਂ ਅਸੀਂ ਤਾਂ ਕਹਿ ਦਿੰਦੇ ਆ ਵੀ ਕਦੇ ਲੋੜ ਪੈ ਸਕਦੀ ਆ ਤੇ ਜਿੰਨਾ ਵੱਲ ਮੰਤਰੀ ਸੰਤਰੀ ਝਾਕਦੇ ਨਹੀਂ ਲੋੜ ਤਾਂ ਉਹਨਾਂ ਨੂੰ ਨਹੀਂ ਕਦੇ ਪਈਗੀ ਨਿਗਾਹ ਮਾਰ ਕੇ ਦੇਖੋ ਸਾਨੂੰ ਕਿਆ ਲੋੜ ਪੈਣੀ ਆ ਬਈ ਤੇ ਗੁਰੂ ਗੋਬਿੰਦ ਰਾਏ ਜਾਨੀ ਕਿ ਗੋਬਿੰਦ ਸਿੰਘ 7-9 ਸਾਲ ਦੀ ਉਮਰ ਦੇ ਵਿੱਚ ਕਾਰਨਾ ਇਸ ਭਾਗ ਦੇ ਵਿੱਚ ਰਾਜਿਆਂ ਨੂੰ ਟੀਚਰਾ ਕਰਦਾ ਹੁੰਦਾ ਸੀਗਾ ਟੀਚਰਾ ਤੁਹਾਡੇ ਵਰਗੀ ਨੌਤੀ ਸਾਲ ਗੌੜ ਤਰੀ ਫਰਦੀ ਆ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੂੰ ਰਾਜਾ ਬਿਨਾ ਸਰਦਾਰ। ਚਲੋ ਵਿੱਚੋਂ ਗੱਲ ਆ ਗਈ ਸੀ ਆਪਾਂ ਕਰ ਲਈ। ਮਤਲਬ ਕਹਿਣ ਤੋਂ ਭਾਵ ਕੀ ਸੀ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਈ ਵਿਚਾਰ ਦੇਣ ਤਾਂ ਸਾਨੂੰ ਥੋੜਾ ਜਿਹਾ ਸੁਨਣਾ ਇੱਕ ਵਾਰੀ ਲੱਗਦਾ ਤਾਂ ਔਖਾ ਪਰ ਪਾਤਸ਼ਾਹ ਨੇ ਕਹੀ ਹੋਈ ਸੱਚੀ ਜੀ ਗੱਲ ਦਾ ਅਸੀਂ ਉਲੰਭਾ ਨਹੀਂ ਦੇ ਸਕਦੇ। ਜੇ ਦੇਵਾਂਗੇ ਤਾਂ ਫਰਕ ਕੋਈ ਨਹੀਂ। ਹੁਣ ਲਾਂਭਾ ਕੀ ਕਿਵੇਂ ਕਿਸ ਗੱਲ ਤੇ ਆ? ਇੱਥੇ ਸੁਣ ਲਓ ਆਪਾਂ ਪਾਤਸ਼ਾਹ ਨੇ ਕੀ ਲਿਖਿਆਗਾ ਕਹਿੰਦੇ ਛੋੜੇ ਅੰਨ ਆ ਤਾਂ ਗੱਲ ਜੱਜ ਗਈ ਕਰੇ ਪਖੰਡ ਇਹ ਵੀ ਗੱਲ ਜੱਜ ਗਈ ਸੁਣ ਲਈ ਅੰਨ ਛੱਡ ਕੇ ਪਖੰਡ ਹੁੰਦਾ ਸਾਰਾ ਝੂਠ ਦਾ ਸਿਲਸਿਲਾ ਇਹਦੇ ਨਾਲ ਜੁੜਿਆ ਹੋਇਆ ਵਪਾਰੀ ਵਰਗ ਇਨ੍ਹਾਂ ਦਿਨਾਂ ਦੇ ਨਾਲ ਜੁੜੇ ਹੋਏ ਨੇ ਵਪਾਰੀ ਵਰਗ ਠੀਕ ਹੈ ਨਾ ਇਹ ਤਾਂ ਗੱਲ ਚੱਲੋ ਹੋ ਗਈ ਬਹੁਤ ਕੁਝ ਇਨ੍ਹਾਂ ਦਿਨਾਂ ਦੇ ਵਿੱਚ ਵਿਕਦਾ A ਤੋਂ Z ਸਭ ਕੁਝ ਵੇਕਦਾ ਹਨਾ ਬਹੁਤ ਵੱਡੇ ਪੱਧਰ ਤੇ ਪਾਰ ਹੁੰਦਾ ਦੂਜੀ ਗੱਲ ਸਤਗੁਰੂ ਪਾਤਸ਼ਾਹ ਜੀ ਫਿਰ ਅਗਲੀ ਤੁਕ ਵਿੱਚ ਕਹਿੰਦੇ ਨੇ ਨਾ ਉਹ ਸੁਹਾਗਣ ਸੱਚੀ ਗੱਲ ਤਾਂ ਆ ਸੁਹਾਗਣ ਆਪਾਂ ਸਮਝਦੇ ਨਾ ਵੀ ਕਿਹਨੂੰ ਕਹਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਉਹ ਸੁਹਾਗਣ ਨਹੀਂ ਹੈ ਨਾ ਉਹ ਰੰਡ ਨਾ ਉਹ ਰੰਡੀ ਆ ਕਿੱਡਾ ਵੱਡਾ ਪਾਤਸ਼ਾਹ ਨੇ ਪੁਆਇੰਟ ਇੱਥੇ ਵਰਤਿਆਗਾ ਤੇ ਦੱਸੋ ਭਲਾਂ ਸੀ ਕੀ ਕਰਾਂਗੇ ਇਹਦੇ ਪਰਥਾਏ ਹੁਣ ਇੱਥੇ ਗੱਲ ਅਸਲੀਅਤ ਇਹ ਆ ਵੀ ਜੇਤਾ ਨਾ ਉਹ ਸਿਆਣਿਆਂ ਦੇ ਬੋਲ ਹੁੰਦੇ ਨੇ ਕਹਿੰਦੇ ਜੇਤਾ ਤੇਰੇ ਚ ਅਣਖਾ ਤਾਂ ਤਾਂ ਮੇਰੀ ਗੱਲ ਸੁਣ ਕੇ ਸਮਝ ਕੇ ਅੱਗੇ ਚੰਗੇ ਕਦਮ ਧਰ ਲਾ ਵੀ ਜਾਨੀ ਕਿ ਚੰਗੇ ਪਾਸੇ ਤੁਰ ਪਾ ਜੇ ਅਣਖ ਹੈ ਹੀ ਨਹੀਂ ਖੇਤਰੀ ਮਰਜੀ ਆ ਭਾਈ ਹੋਰ ਵੀ ਕਹਾਵਤ ਲੈ ਲੋ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਪਰਤ ਆਵੇ ਨਾ ਤੇ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਤੇ ਉਹਦੇ ਸਵੇਰ ਦੇ ਭੁੱਲੇ ਹੋਏ ਭਟਕੇ ਹੋਏ ਰਸਤੇ ਵਾਲੇ ਨੂੰ ਕੀ ਕਿਹਾ ਜਾਂਦਾ ਸਿਆਣੀ ਸੀ ਜਿਹੜਾ ਮੁੜਿਆ ਆ ਤੇ ਜੇ ਆਪਾਂ ਗੁਰਨਾਨਕ ਬਾਬਾ ਜੀ ਦੀ ਭਗਤ ਕਬੀਰ ਸਾਹਿਬ ਜੀ ਦੀ ਆ ਉਲੰਬੇ ਵਾਲੀ ਗੱਲ ਸੁਣ ਕੇ ਵਾਪਸ ਮੁੜ ਆਈਏ ਨਾ ਤਾਂ ਕੀ ਮੰਨਿਆ ਜਾਊਗਾ ਸਿਆਣੇ ਆ ਚਲੋ ਪਹਿਲਾਂ ਪਾਤਸ਼ਾਹ ਸਾਨੂੰ ਪਤਾ ਨਹੀਂ ਸੀਗਾ ਵੀ ਤੂੰ ਏਡੀਆਂ-ਗੱਡੀਆਂ ਗੱਲਾਂ ਬਾਣੀ 'ਚ ਲਿਖੀ ਬੈਠਾ ਕਿਉਂਕਿ ਮੈਂ ਪੜੀਆਂ ਨਹੀਂ ਸੀ ਹੁਣ ਮੈਨੂੰ ਪਤਾ ਲੱਗ ਗਿਆ ਤੇ ਮੈਂ ਅੱਜ ਤੋਂ ਬਾਅਦ ਇਸ ਪਖੰਡ ਦੀ ਦਲਦਲ ਵਿੱਚ ਨਾ ਫਸਾਂਗਾ ਤੇ ਨਾ ਆਪਣੇ ਬੱਚਿਆਂ ਨੂੰ ਫਸਣ ਦੇਵਾਂਗਾ ਬੱਚਿਆਂ ਤੱਕ ਤਾਂ ਜੋਰ ਹੈਗਾ ਨਾ ਨਾ ਮੈਂ ਬੱਚਿਆਂ ਨੂੰ ਫਸਣ ਦੇਵਾਂਗਾ ਨਾ ਮੈਂ ਵਪਾਰੀ ਵਰਗ ਦੇ ਵਿੱਚ ਪਵਾਂ ਦੇਣ ਲੈਂਦੇ ਢਾਂਚੇ ਵਿੱਚ ਪਾਵਾਂ ਮੈਂ ਦੋਨੇ ਤਿੰਨੇ ਕੰਮ ਕੁਛ ਵੀ ਨਹੀਂ ਕਰਨਗੇ ਕਿਉਂ ਮੈਨੂੰ ਇਸ ਗੱਲ ਦੀ ਨਾ ਸ਼ਰਮਿੰਦਗੀ ਆ ਤੂੰ ਜਿਹੜੀ ਗੱਲ ਕਹਿਤੀ ਨਾ ਉਹ ਸੁਹਾਗਣ ਨਾ ਉਹ ਰੰਡ ਵਰਤਾਂ ਦੇ ਸਬੰਧ ਚ ਫਸਣ ਵਾਲੇ ਚਾਹੇ ਉਹ ਭਰਾ ਨੇ ਤੇ ਚਾਹੇ ਉਹ ਭੈਣਾ ਨੇ ਆਪਾਂ ਗੱਲ ਆਰੰਭਤਾ ਦੇ ਵਿੱਚ ਕੀਤੀ ਆ ਵੀ ਚਾਹੇ ਭੈਣਾਂ ਤੇ ਚਾਹੇ ਭਰਾ ਦੋਵਾਂ ਨੂੰ ਗੱਲ ਕਹੀ ਆ ਇੱਕ ਨੂੰ ਨਹੀਂ ਕਹੀ ਪਰ ਗੱਲ ਇੱਕ ਤੇ ਟੁੱਕਦੀ ਆ ਕਿਉਂਕਿ ਇਹ ਪੁਜਾਰੀ ਦੀ ਚਾਲ ਆ ਵੀ ਧੀ ਨਾਲ ਗੱਲ ਜੋੜਦੀ ਧੀ ਨਾਲ ਗੱਲ ਜੋੜਦੀ ਸਾਰੀ ਔਰਤ ਨਾਲ ਗੱਲ ਜੋੜਦੀ ਠੀਕ ਆ ਨਾ ਫਿਰ ਔਰਤ ਦੇ ਸੰਬੰਧੀ ਆਪਾਂ ਨੂੰ ਪਤਾ ਸਾਡੇ ਦਿਲ ਦਿਮਾਗ ਵਿੱਚ ਵਿਚਾਰਾ ਬਹੁਤ ਚੱਲਦੇ ਨੇ ਇਹ ਇਹ ਕਿਉਂ ਸ਼ੁਰੂ ਕਿੱਥੋਂ ਹੋਇਆ ਥੋੜਾ ਜਿਹਾ ਆਪਾਂ ਨਾ ਇੱਕ ਬਨੌਟੀ ਸਾਖੀ ਤੋਂ ਸਿੱਧ ਕਰ ਲਊਗਾ ਇਹਨੂੰ ਫਿਰ ਆਪਾਂ ਅੱਗੇ ਚੱਲਾਂਗੇ ਕਰਵਾ ਚੌਥ ਵੈਸੇ ਤਾਂ ਮੈਂ ਕਹਿਣਾ ਹੁੰਨਾਗਾ ਵੀ ਇਹ ਗੱਲਣਾ ਜਿਹੜੀਆਂ ਤਾਂ ਕਹਾਣੀਆਂ ਸੁਣਾਉਂਦੀਆਂ ਨੇ ਪਹਿਲਾਂ ਤਾਂ ਉਹਨਾਂ ਨੂੰ ਪੁੱਛੋ ਜਾ ਕੇ ਕਿਉਂਕਿ ਜਦੋਂ ਕਿਸੇ ਗੱਲ ਤੇ ਆਪਾਂ ਚੋਟ ਕਰਨੀ ਆ ਤਾਂ ਆਪਾਂ ਵੀ ਇੱਕ ਸੱਚ ਦੇ ਆਸ਼ਿਕਾਂ ਦਾ ਗਰੁੱਪ ਬਣਾ ਸਕਦੇ ਆ ਨਾ ਸੱਚ ਦੇ ਆਸ਼ਿਕਾਂ ਦੀ ਇੱਕ ਸੰਸਥਾ ਬਣਾ ਸਕਦੇ ਆ ਨਾ ਵੀ ਆਪਾਂ ਪੁੱਛੋ ਭਾਈ ਇਹ ਕਹਾਣੀ ਕਦੋਂ ਸ਼ੁਰੂ ਹੋਈ ਆ ਕੀਨੇ ਸ਼ੁਰੂ ਕੀਤੀ ਸੀ ਕਿਹੜਾ ਰਾਜਾ ਸੀ ਕਿਹੜੀ ਰਾਣੀ ਸੀ ਕਹਿੰਦੇ ਕੋਈ ਪਤਾ ਨਹੀਂ ਐ ਪੁੱਛਣਾ ਤਾਂ ਸਖਤ ਮਨਾ ਹੈ ਐ ਪੁੱਛਣਾ ਦਾ ਨਾ ਸਖਤ ਮਨਾ ਹੈ ਤੁਸੀਂ ਪੁੱਛ ਨਹੀਂ ਸਕਦੇ ਚਲੋ ਜੋ ਗੱਲ ਹੈ ਮੈਂ ਤੈਨੂੰ ਪੁੱਛ ਲਈ ਤੂੰ ਕਹਿ ਤਾਂ ਪੁੱਛਣਾ ਮਨਾਗਾ ਇੱਕ ਗੱਲ ਦਾ ਜਵਾਬ ਦੇ ਦੋ ਫਿਰ ਇਹਦਾ ਨਾਂ ਕਿਉਂ ਇਉਂ ਪਿਆ ਇਉਂ ਨਾਂ ਕਿਉਂ ਪਿਆ ਇਹ ਵੀ ਦੱਸ ਦੇ ਇਹ ਵੀ ਨਹੀਂ ਪਤਾ ਪਹਿਲੀ ਗੱਲ ਤਾਂ ਜਿਹੜੇ ਮੋਢੀ ਆ ਠੱਗ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਜਿੱਥੋਂ ਤੱਕ ਆਪਾਂ ਨੂੰ ਵਿਸ਼ਵਾਸ ਆ ਗੁਰੂ ਦੀ ਬੁੱਕਲ 'ਚ ਬੈਠੇ ਆ ਗੁਰੂ ਦੀ ਗੋਦ 'ਚ ਬੈਠੇ ਆ ਨਾ ਤੁਸੀਂ ਸਾਰੇ ਆਪਾਂ ਤੇ ਜਿਹੜੀ ਗੱਲ ਇੱਥੋਂ ਸ਼ੁਰੂ ਹੋਈ ਆ ਦੂਜੀ ਗੱਲ ਜੋ ਭੈਣਾ ਜੋ ਵੀਰ ਇਸ ਗ੍ਰਫਤ ਵਿੱਚ ਫਸੇ ਨੇ ਉਹਨਾਂ ਨੂੰ ਪੁੱਛੀਏ ਤਾਂ ਸ਼ਾਇਦ ਉਹ ਵੀ ਇਸ ਗੱਲ ਤੋਂ ਨਹੀਂ ਦੱਸ ਪਾਉਣਗੇ ਉਹ ਵੀ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਣਗੇ ਵੈ ਗੁਰੂਪਾਲਾ ਕਰੇ ਤੁਸੀਂ ਸੂਝਵਾਨ ਨੂੰ ਸਿਆਣਿਓ ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ ਤੁਹਾਨੂੰ ਪਤਾ ਹੋਵੇਗਾ ਨਹੀਂ ਪਤਾ ਤਾਂ ਆਪਾਂ ਸੁਣ ਕੇ ਸਮਝਣਾਗਾ ਜੇ ਪਤਾ ਤਾਂ ਸ਼ਾਬਾਸ਼ੇ ਦੁਬਾਰਾ ਪਰ ਰਿਪੀਟ ਕਰ ਲਓ ਗੱਲ ਨੂੰ ਕਹਿੰਦੇ ਨਾ ਇੱਕ ਦੇਖੋ ਇਹ ਝੂਠੀ ਕਹਾਣੀ ਜਿਹੜੀ ਮੈਂ ਇੱਥੇ ਬੋਲਣ ਲੱਗਾਂਗਾ ਕਹਿੰਦੇ ਇੱਕ ਨੌਜਵਾਨ ਵੀਰ ਆਪਣੀ ਪਤਨੀ ਸਮੇਤ ਰਸਤੇ ਵਿੱਚੋਂ ਦੀ ਜਾ ਰਿਹਾ ਰਸਤੇ ਵਿੱਚੋਂ ਦੀ ਜਾ ਰਿਹਾਗਾ ਹੁਣ ਅੱਜ ਵਾਲੇ ਰਸਤੇ ਤਾਂ ਨਹੀਂ ਹੈ ਆਪਾਂ ਇਹਨੂੰ ਥੋੜਾ ਥੋੜਾ ਨਾਲ ਨਾ ਕਲਪਨਾ ਕਰੀ ਚੱਲੋ ਮਨ 'ਚ ਕਲਪਨਾ ਵੀ ਇਹ ਰਸਤੇ ਉਦੋਂ ਦੇ ਨੇ ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਤੁਰ ਕੇ ਜਾਂਦੇ ਨੇ ਉਦੋਂ ਦਾ ਰਸਤਾ ਹੁਣ ਕਹਿੰਦੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕਹਿੰਦੇ ਉਹ ਬੱਚੀ ਉਹ ਧੀ ਹੋਗੀ ਬੇਅਕਲ ਮਤਲਬ ਉਹਨੂੰ ਲੱਗੀ ਪਾਣੀ ਦੀ ਪਿਆਸ ਤੇ ਉਹ ਕਹਿੰਦੀ ਮੈਥੋਂ ਤੁਰਿਆ ਨਹੀਂ ਜਾਂਦਾ ਪਹਿਲਾਂ ਮੇਰੇ ਪਾਣੀ ਦਾ ਪ੍ਰਬੰਧ ਕਰ ਤੇ ਫਿਰ ਮੈਂ ਅੱਗੇ ਤੁਰ ਸਕਦੀ ਆ ਤੇ ਨਹੀਂ ਮੈਨੂੰ ਤੁਰਨਾ ਮੁਸ਼ਕਲ ਆ ਜੋ ਘਰੋਂ ਪਾਣੀ ਦਾ ਪ੍ਰਬੰਧ ਕਰਕੇ ਤੁਰੇ ਸੀ ਮੰਨ ਲਓ ਵੀ ਉਹ ਮੁੱਕ ਗਿਆ ਉਹ ਬੱਚੀ ਇੱਕ ਥਾਂ ਤੇ ਬੈਠ ਗਈ ਤੇ ਉਹ ਬੱਚੀ ਦੇ ਘਰ ਵਾਲਾ ਪਾਣੀ ਲੈਣ ਵਾ ਗਿਆ ਥੋੜੀ ਜੀ ਨਾਲ ਲੱਗਦਾ ਦੂਰ ਨੇੜੇ ਕਿਤੇ ਕਹਿ ਲੋ ਵੀ ਪਾਣੀ ਲੈਣ ਚਲਾ ਗਿਆ ਤੇ ਉਸ ਨੌ ਜਵਾਨ ਦੀ ਹਮ ਉਮਰ ਉਨੀ ਬਰੋਬਰ ਦੀ ਉਮਰ ਹਮ ਸ਼ਕਲਾਂ ਸੇਮ ਸ਼ਕਲ ਦਾ ਨੌਜਵਾਨ ਉਸ ਤੋਂ ਪਹਿਲਾਂ ਪਾਣੀ ਲੈ ਕੇ ਉਸ ਬੱਚੀ ਕੋਲੇ ਆ ਗਿਆ ਤੇ ਉਹ ਬੱਚੀ ਨੇ ਪਾਣੀ ਪੀ ਲਿਆ ਜਦੋਂ ਪਾਣੀ ਪੀ ਲਿਆ ਜਿਹੜਾ ਰਿਜਨਲ ਅਸਲੀ ਘਰ ਵਾਲਾ ਸੀ ਉਹ ਪਹੁੰਚਿਆ ਉਹਨੇ ਦੇਖਿਆ ਵੀ ਤਾਂ ਕੌਤਕੀ ਹੋਰ ਵਰਤ ਗਿਆ ਜਿਨ ਕਿ ਮਿਥਿਆਸਕ ਕਹਾਣੀ ਜਿਹੜੀ ਮਿੱਠੀ ਹੋਈ ਆ ਅਸਲੀਅਤ ਨਹੀਂ ਮਿੱਠੀ ਹੋਈ ਕਹਾਣੀ ਜਦੋਂ ਮਤਲਬ ਕਿ ਉਹ ਪਹੁੰਚਿਆ ਉਹ ਪਤਨੀ ਨੂੰ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਇਹ ਕੌਣ ਆ ਉਹ ਵਿਚਾਰੀ ਕਹਿੰਦੀ ਮੇਰੇ ਘਰ ਵਾਲਾ ਹੈ ਕਹਿੰਦੀ ਤੂੰ ਗਲਤ ਹੋਵੇਂਗਾ ਇਹ ਤਾਂ ਮੇਰੇ ਘਰ ਵਾਲਾ ਹੁਣ ਗਿਆ ਸੀ ਪਾਣੀ ਲੈਣ ਛੱਟ ਮੁੜਿਆ ਆ ਔਰ ਤੂੰ ਹੁਣ ਆਇਆ ਉਹ ਪਤੀ ਕਹਿੰਦਾ ਨਹੀਂ ਤੇਰੇ ਘਰ ਵਾਲਾ ਮੈਂ ਆ ਤੇ ਜਿਹੜਾ ਨਕਲੀ ਸੀਗਾ ਉਹ ਚੁੱਪ ਆ ਚੁੱਪਾ ਨਾ ਹੋ ਜਨਿ ਕਿ ਅਸਲੀ ਪਤੀ ਤੇ ਪਤਨੀ ਦਾ ਆਪਸ ਵਿੱਚ ਪੈ ਗਿਆ ਰੌਲਾ ਦੋਨਾਂ ਦੇ ਵਿੱਚ ਨਾ ਰੌਲਾ ਪੈ ਗਿਆ ਬਹਿਸ ਹੋ ਗਈ ਵਿੱਚੋਂ ਵਿਚੋਂ ਦੀ ਜਿਹੜਾ ਨਕਲੀ ਆ ਕਦੇ-ਕਦੇ ਬੋਲ ਪੈਂਦਾ ਨਹੀਂ ਨਹੀਂ ਮੈਂ ਅਸਲੀ ਆਗਾ ਕਦੇ-ਕਦੇ ਬੋਲ ਪੈਂਦਾਗਾ ਕਹਿੰਦੇ ਚਲੋ ਜੋ ਇੱਥੋਂ ਦਾ ਰਾਜਾ ਹੋਰ ਰਾਹੀ ਫਾਂਦੀ ਇਕੱਠੇ ਹੋ ਗਏ 5-7 ਚਲੋ ਕਹਿੰਦੇ ਜੋ ਇੱਥੋਂ ਦਾ ਰਾਜਾ ਕਹਿੰਦੇ ਆਪਾਂ ਉਹਦੇ ਕੋਲੇ ਚੱਲੋ ਉੱਥੋਂ ਫੈਸਲਾ ਕਰਾਉਣੇ ਆ ਵੀ ਗੜਬੜ ਆ ਹੋ ਗਈ ਕਹਾਣੀ ਆ ਬਣ ਗਈ ਤੇ ਤੂੰ ਨਿਆ ਘਰ ਹੁਣ ਸ਼ਕਲ ਦੋਵਾਂ ਦੀ ਕੋਜੀ ਆ ਪਰ ਪਤਨੀ ਨੂੰ ਭਲੇਖਾ ਪੈ ਗਿਆ ਕਹਿੰਦਾ ਮੈਂ ਤੇਰਾ ਅਸਲੀ ਪਤੀ ਆ ਤੇ ਇਹ ਤੇਰਾ ਨਕਲੀ ਹੈਗਾ ਪਤੀ ਪਰ ਇਦਾਂ ਨਹੀਂ ਮਤਲਬ ਕਿ ਤੂੰ ਅਸਲੀ ਦੀ ਪਹਿਚਾਨ ਕਰ ਪਤਨੀ ਕਮਲੀ ਨਕਲੀ ਦੀ ਬਾਹ ਫੜਦੀ ਕਹਿੰਦੀ ਆ ਮੇਰਾ ਪਤੀ ਹੈਗਾ ਜਦੋਂ ਮੌਕੇ ਦੇ ਮੋਤਵਾਰ ਸੱਜਣ ਕੋਲੇ ਜਾਨੀ ਕਿ ਕਿਸੇ ਪਿੰਡ ਦੇ ਨਗਰ ਦੇ ਨਮਾਇंदे ਕੋਲ ਚਲੇ ਗਏ ਰਾਜੇ ਦੇ ਕੋਲ ਚਲੇ ਗਏ ਤੇ ਕਹਿੰਦੇ ਉਹ ਰਾਜੇ ਨੇ ਦੋਮਾਂ ਬਲ ਟਿਕ ਟਿਕੀ ਲਾ ਕੇ ਵੇਖੀ ਸਮਝ ਗਿਆ ਵੀ ਗੜਬੜ ਤਾਂ ਹੈਗੀ ਆ ਪਰ ਦੋਵੇਂ ਹੈ ਹਮ ਸ਼ਕਲ ਰਾਜੇ ਨੇ ਇੱਕ ਮਿੱਠੀ ਹੋਈ ਕਹਾਣੀ ਦੇ ਮੁਤਾਬਕ ਅੰਦਰ ਸੋਚ ਸੋਚ ਲਈ ਵੀ ਇੱਕ ਕੋਈ ਛੈ ਆ ਤੇ ਇੱਕ ਅਸਲੀ ਪੱਤੀ ਆ ਪਰ ਪਤਾ ਮੈਨੂੰ ਵੀ ਨਹੀਂ ਲੱਗ ਰਿਹਾ ਵੀ ਅਸਲੀ ਕੌਣ ਆ ਤੇ ਨਕਲੀ ਕੌਣ ਆ ਜਿਹੜੀ ਕੋਈ ਛੈ ਆ ਨਾ ਤੇ ਉਹ ਤਾਂ ਹਵਾ ਦਾ ਰੂਪ ਆ ਜਿਵੇਂ ਆਪਾਂ ਆ ਵੀ ਕਹਿੰਦੇ ਜਿਹੜੀ ਛੈ ਆ ਨਾ ਦੀਦੀ ਨਹੀਂ ਹੁੰਦੀ ਇਹ ਤਾਂ ਭਾਈ ਨਾ ਬਹੁਤ ਛੋਟੇ ਆਕਾਰ ਵਿੱਚੋਂ ਦੀ ਹੋ ਕੇ ਮੋਰੀ ਚ ਦੀ ਲੰਘ ਜਾਂਦੀ ਆ ਤੇ ਬਹੁਤ ਵੱਡੇ ਆਕਾਰ ਦੀ ਵੀ ਬਣ ਜਾਂਦੀ ਆ ਜਿਹਦੇ ਵਾਸਤੇ ਕੋਈ ਕਮਰਾ ਵੀ ਨਾ ਹੋਵੇ ਬੈਠਣ ਨੂੰ ਹੁਣ ਰਾਜੇ ਨੇ ਆਪਣੇ ਦਿਮਾਗ ਦੇ ਮੁਤਾਬਕ ਆਈਡੀਆ ਲਾਇਆ ਕਹਿੰਦਾ ਜਿਹੜਾ ਤੁਹਾਡੇ ਵਿੱਚੋਂ ਅਸਲੀ ਪਤੀ ਆ ਜਿਹੜਾ ਅਸਲੀ ਆ ਨਾ ਉਹ ਆ ਇੱਕ ਮੈਂ ਗੰਗਾ ਸਾਗਰ ਮੰਗਵਾਇਆ ਜਾਨੀ ਕਿ ਕੁੱਜਾ ਮੰਗਵਾਇਆ ਕਰੂਆ ਮੰਗਵਾਇਆ ਤੇ ਇਹਦੇ ਵਿੱਚੋਂ ਦੀ ਲੰਘੋ ਇਹਦੇ ਵਿੱਚੋਂ ਦੀ ਫਿਰ ਕੇ ਦਿਖਾਓ ਮਿੱਠੀ ਹੋਈ ਕਹਾਣੀ ਮੁਤਾਬਕ ਉਹ ਰਾਜੇ ਨੇ ਆ ਤਰੀਕਾ ਵਰਤਿਆ ਹੁਣ ਜਿਹੜਾ ਤਾਂ Ориਜਨਲ ਪਤੀ ਸੀਗਾ ਸਰੀਰ ਕਰਕੇ ਉਹ ਕਹਿੰਦਾ ਵੀ ਮੈਥੋਂ ਨਹੀਂ ਲੰਘ ਹੋਣਾ ਇਹਦੇ ਵਿੱਚੋਂ ਦੀ ਤੇ ਜਿਹੜਾ ਨਕਲੀ ਸੀਗਾ ਰਾਜੇ ਨੇ ਆਪਸ਼ਨ ਹੀ ਦਿੱਤੀ ਸੀ ਵੀ ਉਹਦੇ ਨਾਲ ਮੈਂ ਧੀ ਨੂੰ ਤੋੜ ਦੂੰ ਜਿਹੜਾ ਇਹਦੇ ਵਿੱਚੋਂ ਦੀ ਪਾਰ ਹੋ ਗਿਆ ਜਿਹੜਾ ਨਕਲੀ ਸੀਗਾ ਉਹ ਝਟ ਕੁਜੇ ਚ ਵੜ ਗਿਆ ਜਾਨੀ ਕਿ ਉੱਥੇ ਲਿਖਿਆ ਗੰਗਾ ਸਾਗਰ ਝਟ ਉਸ ਵਿੱਚ ਵੜ ਗਿਆ ਜਦੋਂ ਉਸ ਵਿੱਚ ਵੜਿਆ ਕੁਜੇ ਵਿੱਚ ਵੜਿਆ ਤਾਂ ਰਾਜੇ ਨੇ ਢੂੰਗੜਪ ਦੇ ਨੇ ਕਹਿੰਦੇ ਬੰਦ ਕਰਤਾ ਰਾਜੇ ਨੇ ਕਰਤਾ ਬੰਦ ਤੇ ਕਹਿੰਦੇ ਹੁਣ ਉਹ ਵਿੱਚ ਬੈਠਾ ਰੋ ਰਿਹਾ ਭੁੱਬਾ ਮਾਰ ਰਿਹਾਗਾ ਉਹ ਰੋਣ ਲੱਗ ਗਿਆ ਤੇ ਜਿਹੜਾ ਬਾਹਰ ਸੀਗਾ ਉਹ ਅਸਲੀ ਪਤੀ ਰਹਿ ਗਿਆ ਉਹ ਧੀ ਨੂੰ ਉਹ ਅਸਲੀ ਪਤੀ ਬਾਰੇ ਜਾਣਕਾਰੀ ਦਿੱਤੀ ਵੀ ਇਹ ਤਾਂ ਅਸਲੀ ਪਤੀ ਆ ਉਹ ਕੋਈ ਭੂਤ ਪ੍ਰੇਤ ਬਗਾਨੀ ਉਪਰੀ ਛੈ ਸੀ ਉਹਨੂੰ ਮੈਂ ਕੁੱਜੇ 'ਚ ਬੰਦ ਕਰ ਲਿਆ ਤੇ ਦੂਰ ਨੇੜੇ ਕਿਤੇ ਉਹਨੂੰ ਨਾਪਾ ਦਾਂਗੇ ਟੋਆ ਪਟਕੇ ਮਾਰ ਦਾਂਗੇ ਖਤਮ ਕਰ ਦਾਂਗੇ ਜਦੋਂ ਹੁਣ ਉਹ ਰੋਣ ਲੱਗ ਗਿਆ ਨਾ ਕੁੱਜੇ ਆਲਾ ਤੇ ਕਹਿੰਦਾ ਰਾਜਾ ਸਾਹਿਬ ਚੰਗਾ ਮੈਨੂੰ ਫਿਰ ਤੁਸੀਂ ਨਾ ਕੁੱਜੇ 'ਚ ਬੰਦ ਕਰ ਲਿਆ ਮੈਨੂੰ ਪਤਾ ਘੜੀ ਦੋ ਘੜੀਆਂ ਤੱਕ ਮੈਨੂੰ ਤੁਸੀਂ ਮਾਰ ਦੇਮੋਂਗੇ ਖਤਮ ਕਰ ਦੇਮੋਂਗੇ ਮੈਨੂੰ ਕਿਤੇ ਦੱਬ ਦੇਮੋਂਗੇ ਮੇਰੀ ਕਿਸ਼ਰਤਾਂ ਤੂੰ ਤਰਸ ਕਰ ਮੇਰੇ ਤੇ ਮੇਰੇ ਤੇ ਥੋੜੀ ਬਹੁਤੀ ਦਇਆ ਕਰ ਰਾਜਾ ਕਹਿੰਦਾ ਚੰਗਾ ਫੁਰ ਕੀ ਦਇਆ ਕਰਾਂ ਤੇਰੇ ਤੇ ਕੀ ਤਰਸ ਕਰਾਂ ਉਹ ਕਹਿੰਦਾ ਮੇਰੀ ਇੱਕ ਗੱਲ ਸੁਣ ਕੇ ਉਹਨੂੰ ਮੰਨ ਲੈ ਮੇਰਾ ਬਚਨ ਪੁਗਾ ਦੇ ਮੇਰਾ ਬਚਨ ਪੁਗਾ ਦੇ ਇੱਕ ਕਿਹੜਾ ਬਚਨ ਕਹਿੰਦਾ ਮੈਂ ਇਸ ਬੱਚੀ ਦਾ ਪਤੀ ਤਾਂ ਬਣਿਆ ਨਾ ਭਾਵੇਂ ਮੈਂ ਕੁਝ ਘੰਟੇ ਇੱਕ ਦਿਹਾੜੀ ਬਣ ਗਿਆ ਇੱਕ ਦਿਹਾੜੀ ਜਾਂ ਕੁਝ ਘੰਟੇ ਪਤੀ ਬਣਿਆਗਾ ਹੁਣ ਮੈਂ ਮਰ ਜਾਊਗਾ ਪਰ ਮੇਰੀ ਬੇਨਤੀ ਆ ਇਹ ਮੇਰੇ ਮਰੇ ਦਾ ਅਫਸੋਸ ਤਾਂ ਕਰੇ ਨਾ ਅਫਸੋਸ ਕਰੇ ਮੇਰੇ ਮਰੇ ਦਾ ਪਤੀ ਮਰੇ ਦਾ ਪਤਨੀ ਨੂੰ ਅਫਸੋਸ ਹੁੰਦਾ ਨਾ ਤੇ ਮੇਰਾ ਅਫਸੋਸ ਤਾਂ ਕਰੇ ਨਾ ਇਹ ਚਲੋ ਰਾਜਾ ਕਹਿੰਦਾ ਮੈਂ ਫਿਰ ਕਾਨੂੰਨ ਚ ਗੱਲ ਲਿਖ ਦਿੰਨਾ ਸਾਲ ਬਾਅਦ ਇੱਕ ਦਿਨ ਆਊਗਾ ਜਿਹੜਾ ਕਰੂਏ ਚ ਬੰਦ ਪਤੀ ਆ ਨਾ ਉਹਦਾ ਹੀ ਅਫਸੋਸ ਮਨਾਇਆ ਕਰੂਗੀ ਤੇ ਉਸ ਦਿਨ ਭੁੱਖੀ ਰਹਾ ਕਰੂਗੀ ਰਾਜੇ ਨੇ ਕਹਿੰਦੇ ਉਹ ਆਪਣੀ ਲਿਸਟ ਦੇ ਵਿੱਚ ਦਿਨ ਲਿਖ ਦਿੱਤਾ ਤੇ ਉਸ ਦਿਨ ਤੋਂ ਇਹ ਗੱਪਤ ਕਹਾਣੀ ਜਿਹੜੀ ਗੱਪ ਮਤਲਬ ਕਿ ਦੇਣਾਗਾ ਇਹ ਸ਼ੁਰੂ ਹੋ ਗਿਆ ਭਾਈ ਉਸ ਦਿਨ ਤੋਂ ਸ਼ੁਰੂ ਹੋ ਗਿਆ ਤੇ ਇਹਦਾ ਨਾਂ ਕੀ ਪੈ ਗਿਆ ਕਰਵਾ ਚੌਥ ਕਰਵਾ ਕਰੂਆ ਭਾਂਡਾ ਮਿੱਟੀ ਦਾ ਬਰਤਨ ਉਹ ਮਿੱਟੀ ਦੇ ਬਰਤਨ ਚ ਨਕਲੀ ਸ਼ੈ ਨਕਲੀ ਪਤੀ ਬੰਦ ਕੀਤਾ ਰਾਜੇ ਨੇ ਉਦੋਂ ਬਾਅਦ ਉਹਨੂੰ ਮਾਰਤਾ ਉਹਦੇ ਮਰੇ ਦਾ ਇੱਕ ਦਿਨ ਵਾਸਤੇ ਸਾਡੀਆਂ ਧੀਆ ਦੁੱਖ ਨਾ ਕਹਿਣਾ ਪੈਂਦਾ ਅਫਸੋਸ ਮਣਾਉਂਦੀਆਂ ਪਰ ਇਸ ਪਖੰਡ ਚ ਸਾਨੂੰ ਪੈਣਾ ਨਹੀਂ ਚਾਹੀਦਾ ਉਹ ਮਰਜ਼ੀ ਤੁਹਾਡੀ ਹੈ ਭਾਈ ਉਹ ਆਪਾਂ ਗੱਲ ਪਹਿਲਾਂ ਵੀ ਕੀਤੀ ਆ ਹੁਣ ਸਮਾਂ ਪਾ ਕੇ ਇਹ ਵਪਾਰੀ ਕਰਨ ਬਣ ਗਿਆ ਦੇਣ ਲੈਣ ਦਾ ਵਪਾਰ ਫਲ ਫਰੂਟਾਂ ਦਾ ਵਪਾਰ ਚੱਲ ਪਿਆ ਨਾ ਕੰਮ ਧੀ ਦੇ ਪੇਕੇ ਵੀ ਆਉਂਦੇ ਦੇ ਲੈਣ ਅਸਾ ਸੌਹਰਾ ਘਰ ਆਏ ਨਹੀਂ ਕਹਿੰਦਾ ਵੀ ਨਾ ਆਓ ਵੀ ਚਲੋ ਕੋਈ ਗੱਲ ਨਹੀਂ ਤੁਹਾਡੀ ਸਥਿਤੀ ਕਿਹੋ ਜੀ ਆ ਚੰਗੀ ਆ ਚਾਹੇ ਮਾੜੀ ਆ ਉਹਦੇ ਨਾਲ ਸੰਬੰਧਤ ਨਹੀਂ ਪਰ ਤੁਸੀਂ ਭਾਈ ਇਹ ਪਖੰਡ ਚ ਨਾ ਪਾਓ ਸਾਨੂੰ ਵੈਗੁਰੂ ਨੇ ਬੜਾ ਹੀ ਕੁਛ ਦਿੱਤਾਗਾ ਕੋਈ ਗੱਲ ਨਹੀਂ ਵਧਾ ਘਟਾ ਆਉਂਦੇ ਹੀ ਰਹਿੰਦਾਗਾ ਜਿੱਦ ਦੇ ਸਾਨੂੰ ਕੋਈ ਤਕਲੀਫ ਹੋਈ ਨਾ ਤੁਸੀਂ ਸਾਡੀ ਹੈਲਪ ਕਰ ਦਿਓ ਇਹ ਤਾਂ ਗੱਲ ਜੱਜ ਕੀ ਨਾ ਇਹ ਭੁੱਖ ਨਹੀਂ ਰੱਖਣੀ ਵੀ ਆਉਣ ਦੋ 2 2 4 ਸੂਟ ਆਉਣ ਦੋ ਫਰੂਟ ਆਉਣ ਦੋ ਪੈਸੇ ਆਉਣ ਦਿਓ ਜਿਹੜਾ ਕੁਛ ਆਉਂਦਾ ਆਉਣ ਦਿਓ ਇਥੋਂ ਕਿ ਸਿੱਧ ਹੋਊਗਾ ਅਸੀਂ ਲੋਭੀ ਬਣਗੇ ਲੋਭ ਭਾਵੇਂ ਫਲ ਫਰੂਟ ਦਾ ਭਾਵੇਂ 100 ਰੁਪਏ ਦੀ ਚੀਜ਼ ਦਾ ਤੇ ਭਾਵੇਂ ਲੱਖ ਰੁਪਏ ਦੀ ਚੀਜ਼ ਦਾ ਪਰ ਇਹ ਸਿਸਟਮ ਸਾਰਾ ਪਖੰਡ ਨਾਲ ਜੁੜ ਗਿਆ ਜਾਨੀ ਕਿ ਮਨਮਤ ਨਾਲ ਜੁੜ ਗਿਆ ਇਹ ਮਨਮਤ ਦੇ ਸਿਸਟਮ ਦੇ ਵਿੱਚੋਂ ਭਾਈ ਸਾਨੂੰ ਗੁਰੂ ਸਾਹਿਬ ਬਾਹਰ ਨਿਕਲਣ ਦਾ ਹੁਕਮ ਕਰਦੇ ਨੇ ਮੈਨੂੰ ਲੱਗਦਾ ਵੀ ਇਦੋਂ ਵੱਡਾ ਲੰਬਾ ਤਾਂ ਇਦੋਂ ਵੱਡੀ ਗੱਲ ਤਾਂ ਕੌਣ ਕਹਿ ਸਕਦਾਗਾ ਇੱਕ ਤਾਂ ਹੈਰਾਨੀ ਦੀ ਗੱਲ ਆ ਨਕਲੀ ਪਤੀ ਦਾ ਦਿਨ ਮਨਾਉਣਾ ਸ਼ੁਰੂ ਕਰਤਾ ਹੈਰਾਨੀ ਦੀ ਗੱਲ ਆ ਜਿਉਂਦਾ ਜਾਗਦਾ ਪਤੀ ਹੋਵੇ ਅਣਖੀਲੀ ਪਤਨੀ ਸੁਹਾਗਣ ਪਤਨੀ ਕੀ ਕਹੂਗੀ ਖਬਰਦਾਰ ਮੇਰੇ ਕੰਨੀ ਕੋ ਚੱਕੂਗਾ ਸਾਡੀਆਂ ਧੀਆਂ ਨੂੰ ਸਿੱਖਿਆ ਆਪਾਂ ਇਹੀ ਦਿੰਨੇ ਆ ਨਾ ਸੁਹਾਗਣ ਦਾ ਰਤਬਾ ਉਹਦੇ ਕੋਲੇ ਹੈ ਪਰ ਆ ਕੀ ਗੱਲ ਬਣੀ ਵੀ ਆ ਗੱਲ ਬਣ ਗਈ ਜਿਹੜੀ ਆਪਾਂ ਸੁਣ ਲਈ ਇਹ ਮਨਮਤਾ ਦੂਜੀ ਗੱਲ ਦੂਜੀ ਗੱਲ ਏਡਾ ਵੱਡਾ ਲੰਬਾ ਨੋਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਲਿਖਤਾ 873 ਨੰਬਰ ਅੰਗ ਤੇ ਜੋ ਪਾਠ ਕਰਦੇ ਆ ਨੋਟ ਕਰ ਲਿਓ ਵੀ 873 ਨੰਬਰ ਅੰਗ ਤੇ ਲਿਖਿਆ ਛੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰੰਡ ਨਾ ਉਹ ਰੰਡਿਆਂ ਚ ਤੇ ਨਾ ਉਹ ਸੁਹਾਗਣਾ ਚ ਜੋ ਇਸ ਪਖੰਡ ਦੇ ਵਿੱਚ ਫਸੇ ਨੇ ਮੁਕਤ ਹੋਈਏ ਇਹ ਤੇ ਹੋਰ ਵੀ ਕਾਫੀ ਮਤਲਬ ਕਹਾਣੀਆਂ ਨੇ ਗੁਰੂ ਪਾਤਸ਼ਾਹ ਕਿਰਪਾ ਕਰਨ ਬਾਣੀ ਵਿੱਚ ਬੜਾ ਸਮਝਾਇਆਗਾ ਸੱਚਾ ਅਲਖ ਅਭਿਓ ਹੱਠ ਨਾ ਪਤੀਜੀ ਇੱਕ ਗਾਵੇ ਰਾਗ ਪਰਿਆ ਰਾਗ ਨਾ ਭੀਜੀ ਗੁਰੂ ਦੀ ਗੱਲ ਸੁਣ ਕੇ ਉਹਦੇ ਰਾਗ ਵਿੱਚ ਭਿੱਜ ਇੱਕ ਅੰਨ ਨਾ ਖਾਹੇ ਮੂਰਖ ਤਿੰਨਾ ਕਿਆ ਕੀਜੀ ਕਹਿੰਦੇ ਜਿਹੜੇ ਅੰਨ ਨਹੀਂ ਖਾਂਦੇ ਉਹ ਮੂਰਖ ਨੇ ਹਾਂ ਊ ਉਦਾਂ ਆਪਾਂ ਜਿਹੜੀ ਗੱਲ ਕੀਤੀ ਆ ਪਹਿਲਾਂ ਨਾ ਲੋੜ ਮੁਤਾਬਕ ਖਾਣਾ ਰੋਜ਼ਾ ਖਾਣਾ ਲੋੜ ਮੁਤਾਬਕਾ ਛੱਡਣਾ ਵੀ ਨਹੀਂ ਯਾਦਾ ਵੀ ਨਹੀਂ ਖਾਣਾ ਗਲਤ ਵੀ ਨਹੀਂ ਖਾਣਾ ਉਹ ਤੁਸੀਂ ਸਾਰੇ ਗੱਲ ਸਮਝਦੇ ਹੋ ਲਾਸਟ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਅੰਨ ਬਿਨਾ ਨਾ ਹੋਏ ਸੁਕਾਲ ਅੰਨ ਤੋਂ ਬਿਨਾ ਸਾਡੀ ਜ਼ਿੰਦਗੀ ਦਾ ਵਿਕਾਸ ਨਹੀਂ ਹੋਵੇਗਾ ਪਹਿਲੀ ਪੰਕਤੀ ਕੀ ਆ ਛੋਡੇ ਅੰਨ ਕਰੇ ਪਖੰਡ ਨਾਉ ਸੁਆਗਣ ਨਾਉ ਰੰਡ ਫਿਰ ਅੱਗੇ ਪਾਸ਼ਾ ਕਹਿੰਦੇ ਨੇ ਜਾਗ ਮੈਂ ਵਕਤ ਤੇ ਦੁੱਧਾ ਧਾਰੀ ਇਹ ਰੀਤ ਸ਼ੁਰੂ ਕਿਹਨੇ ਕੀਤੀ ਪਖੰਡੀ ਬਾਬਿਆਂ ਨੇ ਪੁਜਾਰੀਆਂ ਨੇ ਉਹ ਕਹਿੰਦੇ ਸੀ ਦੁੱਧਾ ਧਾਰੀ ਹੁੰਨੇ ਆ ਗੋਪਤੀ ਖਾਵੈ ਵਟਕਾ ਸਾਰੀ ਇਹ ਉਹਨਾਂ ਤੋਂ ਸਿੱਖਿਆ ਲੈ ਕੇ ਦੇਖੋ ਡੇਰੇ ਵਾਲੇ ਬਾਬਿਆਂ ਦੀ ਕਿੰਨੀ ਗੱਲ ਮੰਨ ਲਈ ਉਹਨਾਂ ਤੋਂ ਸਿੱਖਿਆ ਲੈ ਕੇ ਕਹਾਣੀ ਸਾਡੇ ਨਾਲ ਜੁੜ ਗਈ ਆ ਕਿ ਗੋਪਤੀ ਲੁੱਕ ਕੇ ਦੁਨੀਆ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਗੋਪਤੀ ਖਾਵੈ ਵਟਕਾ ਸਾਰੀ ਸਾਰਾ ਮਤਲਬ ਕਿ ਹੁੰਜਾ ਫਿਰ ਜਾਂਦਾ ਫਰੂਟਾ ਨੂੰ ਵੀ ਹੁੰਜਾ ਫਿਰ ਜਾਂਦਾ ਉਦਾਂ ਕਿਹਾ ਜਾਂਦਾ ਵੀ ਅੱਜ ਭਾਈ ਵਰਤ ਨੇ ਕੁਝ ਖਾਣਾ ਪੀਣਾ ਨਹੀਂ ਗਾ ਫਿਰ ਕੀ ਕਹਾ ਅੰਨ ਬਿਨਾ ਨਾ ਹੋਏ ਸੁਕਾਲ ਜਿਵੇਂ ਅੰਨ ਨਾ ਮਿਲੇ ਗੋਪਾਲ ਨਾ ਤਾਂ ਅੰਨ ਛੱਡ ਕੇ ਪਤੀ ਦੀ ਉਮਰ ਵਧੇ ਨਾ ਗੋਪਾਲ ਮਿਲੇ ਨਾ ਰੱਬ ਮਿਲੇ ਨਾ ਪਤੀ ਦੀ ਉਮਰ ਵਧੇ ਦੋਨੇ ਗੱਲਾਂ ਹੀ ਦੱਸਤੀਆਂ ਇੱਥੇ ਪਾਤਸ਼ਾਹ ਜੀ ਕਹਿੰਦੇ ਜੇ ਤਾਂ ਕੋਈ ਬਾਬਾ ਅੰਨ ਛੱਡਦਾ ਨਾ ਵਹਿਗੁਰੂ ਬਾਬੇ ਦੇ ਚੱਕਰ ਚੰਨ ਛੱਡਦਾ ਫਿਰ ਉਹ ਭਾਲਦਾ ਕੀ ਹੈ ਮੈਨੂੰ ਰੱਬ ਮਿਲੇ ਜਿਵੇਂ ਗੁਰਨਾਨਕ ਸਾਹਿਬ ਦੇ ਨਾਂ ਤੇ ਵੀ ਵਰਤ ਰੱਖੇ ਜਾਂਦੇ ਨੇ ਹੋਣਗੇ ਤੁਹਾਡੇ ਵਿੱਚ ਦੂਰ ਨੇੜੇ ਆਸੇ ਪਾਸੇ ਕੋਈ ਰਿਸ਼ਤੇਦਾਰ ਭੈਣ ਭਰਾ ਜਿਹੜੇ ਕਿ ਪੁੰਨਿਆਂ ਨੂੰ ਵਰਤ ਰੱਖਦੇ ਨੇ ਸੋਮਵਾਰ ਨੂੰ ਹੀ ਵਰਤ ਰੱਖੇ ਜਾਂਦੇ ਨੇ ਉਹ ਕਹਿੰਦੇ ਸਬਜੀ ਭਗਵਾਨ ਦੇ ਆ ਹੋਰ ਵੀ ਬਾਬਿਆਂ ਦੇ ਨਾਂ ਤੇ ਰੱਖੇ ਜਾਂਦੇ ਨੇ ਕਹਿੰਦੇ ਰੱਬ ਨਹੀਂ ਮਿਲਦਾ ਤਜਿਆਂ ਅੰਨ ਨਾ ਮਿਲੇ ਗੋਪਾਲ ਗੁਰੂ ਗੁਰੂ ਸਾਹਿਬ ਕਹਿੰਦੇ ਨਾ ਅੰਨ ਸਾੜਕੇ ਨਾ ਗੋਪਾਲ ਨਹੀਂ ਮਿਲਦਾ ਫਿਰ ਅੱਗੇ ਕੀ ਲਿਖਦੇ ਨੇ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਇਹ ਗੱਲ ਪੱਕੀ ਜਾਣੀ ਵੀ ਅਨ ਛੱਡ ਕੇ ਪਤਨੀ ਆਪਣੇ ਪਤੀ ਦੀ ਉਮਰ ਨਹੀਂ ਵਧਾ ਸਕਦੀ ਚਲੋ ਵੈਗੁਰੂ ਭਲਾ ਕਰੇ ਤੁਸੀਂ ਸਾਰਾ ਸਮਝ ਹੀ ਗਏ ਹੋਵੋਗੇ ਫਿਰ ਪਤਨੀ ਦੇ ਸਬੰਧ ਚ ਪਤੀ ਕਿਉਂ ਨਹੀਂ ਭਾਈ ਵਰਤ ਰੱਖਦਾਗਾ ਇੱਥੇ ਇੱਕ ਸਵਾਲ ਹੋ ਗਿਆ ਇੱਕ ਸਾਲ ਭੈਣਾਂ ਨੂੰ ਮਤਾ ਪਾ ਕੇ ਨਾ ਆਪਣੇ ਪਤੀਆਂ ਨੂੰ ਵੀ ਕਹਿ ਦੇਣਾ ਚਾਹੀਦਾ ਤੁਸੀਂ ਤਾਂ ਸਿਆਣੇ ਬੈਠਿਓ ਸਾਰੇ ਸੂਝਵਾਨੋ ਵੀ ਸਾਡੇ ਵਾਸਤੇ ਤੁਸੀਂ ਨਾ ਹੁਣ ਵਰਤ ਰੱਖਣਾ ਸ਼ੁਰੂ ਕਰ ਦੋ ਅਸੀਂ ਬੜੇ ਲੰਬੇ ਟਾਈਮ ਤੋਂ ਵਰਤ ਰੱਖਦੀਆਂ ਆਉਨੀਆਂ ਤੇ ਅਸੀਂ ਏਦੋਂ ਬਾਅਦ ਵਰਕਾ ਪਾੜਤਾ ਤੇ ਤੁਸੀਂ ਹੁਣ ਸਾਡੇ ਵਾਲੀ ਜਿਹੜੀ ਗੱਲ ਬਾਤ ਆ ਨਾ ਤੁਸੀਂ ਅਪਣਾ ਲਓ ਭਾਈ ਨਾ ਗੁਰੂ ਸਾਹਿਬ ਕਹਿੰਦੇ ਇਸ ਪਖੰਡ ਤੋਂ ਮੁਕਤ ਹੋ ਜਾ ਲਾਸਟ ਵਾਲੀ ਤੁਕ 'ਚ ਬਾਬਾ ਕਬੀਰ ਸਾਹਿਬ ਜ਼ਿਕਰ ਕਰਦੇ ਨੇ ਕਹਿੰਦੇ ਕਹੋ ਕਬੀਰ ਹਮ ਐਸੇ ਜਾਣਿਆ ਕਹੋ ਕਬੀਰ ਹਮ ਐਸੇ ਜਾਣਿਆ ਫਿਰ ਕਹਿੰਦੇ ਨੇ ਧੰ ਅਨਾਦ ਉਹ ਵੈਗੁਰੂ ਪਰਮੇਸ਼ਰ ਪਰਮਾਤਮਾ ਧੰ ਹੈ ਠਾਕੁਰ ਮਨ ਮੰਨਿਆ ਉਹ ਲੋਕ ਵੀ ਧੰ ਨੇ ਜਿਨ੍ਹਾਂ ਨੇ ਠਾਕੁਰ ਪਰਮਾਤਮਾ ਦੀ ਮਾਲਕ ਦੀ ਗੱਲ ਨੂੰ ਸੁਣ ਕੇ ਮੰਨ ਲਿਆ ਸੌਖਾ ਮੰਨ ਲਿਏ ਜਿਨ੍ਹਾਂ ਨੇ ਆਪਣੇ ਗੁਰੂ ਦੀ ਗੱਲ ਨੂੰ ਮੰਨ ਲਿਆ ਗੁਰੂ ਕਿਹੜਾ ਹੋਵੇ ਗੁਰੂ ਉਹ ਹੋਵੇ ਜਿਹੜਾ ਸਾਨੂੰ ਚੰਗੇ ਰਸਤੇ ਤੇ ਚੜਾਵੇ ਉਹ ਗੁਰੂ ਨਾ ਹੋਵੇ ਜਿਹੜਾ ਆਪ ਵੀ ਡੁੱਬਿਆ ਹੋਇਆ ਤੇ ਹੋਰਾਂ ਨੂੰ ਵੀ ਡੋਬ ਦੇ ਉਹ ਨਹੀਂ ਹੋਣਾ ਚਾਹੀਦਾ ਜਾਨੀ ਕਿ ਮੰਨ ਲਓ ਮੂਰਤੀ ਕਿਸ ਖਿਆਦੂ ਸਾਨੂੰ ਹੁਣ ਸਿਖਿਆ ਸਕਦੀ ਹੈ ਕੁਝ ਨਾ ਕੁਝ ਨਹੀਂ ਸਿਖਾਵੇਗੀ ਸਾਨੂੰ ਫੋਟੋ ਕੋਈ ਪਲਾਸਟਿਕ ਦੀ ਕਾਗਜ਼ ਦੀ ਉਹ ਕੀ ਸਿਖਾਉ ਬਿਚਾਰੀ ਕੁਝ ਨਹੀਂ ਸਿਖਾਉਣਾ ਉਹਨੇ ਚਾਹੇ ਬਾਬੇ ਨਾਨਕ ਦੀ ਫੋਟੋ ਰੱਖ ਲਓ ਪੂਰਨਵਾਸੀ ਨੂੰ ਚਾਹੇ ਅੱਜ ਦੇ ਦਿਨ ਦੇਵੀ ਦੇਵਤੀ ਦੀ ਉਹ ਹੀ ਅਸ਼ਟਮੀ ਦੀ ਰੱਖ ਲਓ ਫੋਟੋ ਬੱਚਿਆਂ ਸੰਬੰਧੀ ਰੱਖ ਲਓ ਕੁਝ ਕਰ ਲਓ ਮਤਲਬ ਜੇ ਗੁਰੂ ਹੈ ਤਾਂ ਉਹ ਜਿਉਂਦਾ ਜਾਗਦਾ ਗੁਰੂ ਸ਼ਬਦ ਗੁਰੂ ਆ ਉਹ ਸਾਨੂੰ ਸਿੱਧੇ ਰਸਤੇ ਤੇ ਭਾਈ ਚੜਾ ਸਕਦਾ ਹੈ ਗੁਰੂ ਕਿਰਪਾ ਕਰੇ ਜਿੰਨੀ ਕਾ ਆਪਾਂ ਸ਼ਬਦ ਦੀ ਵਿਚਾਰ ਕੀਤੀ ਆ ਕੋਸ਼ਿਸ਼ ਕਰਿਓ ਆਪਣੀ ਜ਼ਿੰਦਗੀ ਚ ਅਪਣਾਇਓ ਨਹੀਂ ਮਰਜ਼ੀ ਆਪਣੀਆਂ ਗੁਰੂ ਪਾਤਸ਼ਾਹ ਦੇ ਦਰ ਘਰ ਦੇ ਸੰਬੰਧ ਵਿੱਚ ਆਪਾਂ ਤਾਂ ਹੁਕਮ ਮਾਰਨਾ ਉਹ ਮਾਰਿਆਗਾ ਤੇ ਅੱਗੇ ਮੰਨਣਾ ਨਾ ਮੰਨਣਾ ਉਹ ਆਪਣੀ ਮਰਜ਼ੀ ਆ ਆਪਾਂ ਬਸ ਵੈਸੇ ਮੁਕਤ ਹੋਣ ਦੀ ਲੋੜ ਆ ਅੱਜ ਆਪ ਇਹਨਾਂ ਪਖੰਡ ਰੀਤੀਆਂ ਤੋਂ ਮੁਕਤ ਹੋਈਏ ਪੈਸਾ ਬਚਾ ਲਓ ਜੇ ਬਚਦਾ ਕਿਸੇ ਕੋਲ ਹੀ ਬਚਦਾ ਤੇ ਨਹੀਂ ਤਕਲੀਫਾਂ ਆਪਾਂ ਨੂੰ ਪਤਾ ਬਹੁਤ ਨੇ ਦੁਨਿਆਵੀ ਤਲ ਤੇ ਵੀ ਅਤੇ ਮਾਨਸਿਕ ਤਲ ਤੇ ਵੀ ਅਸੀਂ ਪਰੇਸ਼ਾਨ ਹੁੰਨੇ ਆ ਸਭ ਦਾ ਧੰਨਵਾਦ ਹੁਲਾਂ ਦੀ ਖਿਮਾ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI